ਕਿੰਨੀ ਐਮਏ ਕੀਤੀਆਂ ਤੁਸੀਂ ਮੈਂ ਤਾਂ ਨਾ ਉਦੋਂ ਮੈਂ ਅੰਗਰੇਜ਼ੀ ਤੇ ਪੰਜਾਬੀ ਸਿੱਖਿਆ ਦੋ ਫਿਰ ਮੈਂ ਫਿਲਾਸਫੀ ਠੀਕ ਸਾਈਕੋਲੋਜੀ ਸੋਸ਼ੀਓਲੋਜੀ ਇਹ ਪੜਿਆ ਉਸ ਤੋਂ ਬਾਅਦ ਵਿੱਚ ਮੈਂ ਕੰਪੈਰੀਟਿਵ ਸਟੱਡੀ ਆਫ ਦੀ ਵਰਲਡ ਰਿਲੀਜਨ ਪੜ੍ਹੀ ਅੱਛਾ ਇਕਨੋਮਿਕਸ ਪੋਲੀਟੀਕਲ ਸਾਇੰਸ ਤੇ ਹਿਸਟਰੀ ਪੜਿਆ ਇਹ ਪੜਿਆ ਤੁਸੀਂ ਫਿਰ ਦੁਬਾਰਾ ਜਿਵੇਂ ਜਾਂਦੇ ਰਹੇ ਹੋ ਛਾਤਰਾ ਪਾ ਕੇ ਦਿੰਦੇ ਫਿਰ ਫਿਰ ਮੈਂ ਜੱਜਾਂ ਦੇ ਬੱਚਿਆਂ ਦੇ ਜਾਂ ਕੋਈ ਫੰਕਸ਼ਨ ਆਈਐਸ ਆਈਪੀਐਸ ਦੇ ਜਿਹੜੇ ਦੋਸਤ ਬੇਲੀ ਸੀ ਐਡਵੋਕੇਟ ਜਨਰਲ ਦੇ ਹੁੰਦਾ ਤਾਂ ਮੈਂ ਚਾਦਰਾ ਬੰਨ ਕੇ ਜਾਂਦਾ ਸੀ ਅੱਛਾ ਤੇ ਉੱਥੇ ਮੈਨੂੰ ਕੋਈ ਨਹੀਂ ਟੋਕਿਆ ਕਿਸੇ ਨੇ ਤਾਂ ਉਹਨਾਂ ਨੇ ਮੈਨੂੰ ਕਿਹਾ ਮਿਸਟਰ ਬਰਾ ਯੂ ਆਰ ਇਨ ਇੰਗਲਿਸ਼ ਐਡਰੈਸ ਮੈਂ ਕੋਟ ਬੈਂਚ ਸੀ ਸੀ ਮੀ ਆਈ ਐਮ ਐਨ ਇੰਡੀਅਨ ਐਡਰੈਸ ਅੱਛਾ ਮੈਂ ਕਿਹਾ ਮਿਸਟਰ ਕਾਨਨ ਪ੍ਰੋਬਲਮਸ ਵਿਦ ਮੀ ਦਾ ਰਿਸੈਪਸ਼ਨ ਆਫ ਦਿਸ ਬਾਏ ਐਟ ਚੰਡੀਗੜ੍ਹ ਆਈ ਸ਼ੈਲ ਕਮ ਇਨ ਮਾਈ ਐਡਰੈਸ ਐਂਡ ਯੂ ਸ਼ੁਡ ਆਲਸੋ ਕਮ ਇਨ ਯੂਰ ਐਡਰੈਸ ਚਾਦਰਾ ਬੰਨ ਕੇ ਗਿਆ ਤਾਂ ਜਦੋਂ ਮੈਂ ਪਹਿਲਾਂ ਗਿਆ ਸਰਦਾਰ ਕੁਲਦੀਪ ਸਿੰਘ ਸਾਬਕਾ ਜੱਜ ਸੁਪਰੀਮ ਕੋਰਟ ਖੜੇ ਉਹ ਮੈਨੂੰ ਥਾਪੀ ਦੇ ਕੇ ਕਹਿੰਦੇ ਬੇਟਾ ਆਹ ਨਜ਼ਾਰਾ ਆ ਗਿਆ ਆਹ ਲੰਡੀਆਂ ਜਾਂ ਧੋਤੀਆਂ ਬੰਨੀ ਫਿਰਦੇ ਆ ਸਾਲੇ ਆਹ ਤੇਰੇ ਬੰਨਿਆ ਸੀ ਜਾਂ ਮੈਨੂੰ ਕਹਿੰਦੇ ਬਰਾੜ ਸਾਹਿਬ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੀ ਜੱਜ ਜਿਹੜਾ ਜੱਜ ਕਹਿਣ ਨੂੰ ਠੀਕ ਹੁੰਦਾ ਜੱਜ ਦਾ ਮਿੰਟ 'ਚ ਹੀ ਬਦਲ ਜਾਂਦਾ ਵਕੀਲ ਦੀ ਜ਼ਬਾਨ ਹੁੰਦੀ ਹੈ ਤੁਸੀਂ ਮੈਨੂੰ ਇਸ ਕਰਕੇ ਟੋਕਦੇ ਹੋ ਕਿ ਮੈਂ ਸਾਬਕਾ ਫਾਈਨਾਂਸ ਮਿਨਿਸਟਰ ਇੰਡੀਆ ਨਹੀਂ 20 ਸਤੰਬਰ ਮੈਂ ਰੋਡ ਪੇਸ਼ ਹੁੰਦਾ ਇਸ ਐਡਰੈਸ 'ਤੇ ਉਹਨੂੰ ਤਾਂ ਰੋਕਿਆ ਨਹੀਂ ਤੁਸੀਂ ਕਦੇ ਚਾਦਰਿਆਂ ਵਾਲੀ ਆਉਂਦਾ ਤੇ ਮੈਨੂੰ ਰੋਕੀ ਜਾਂਦੇ ਹੋ ਇਹ ਕੀ ਗੱਲ ਬਾਈ ਬਾਈ ਦਿਸ ਡਿਸਕ੍ਰਿਮੀਨੇਸ਼ਨ ਮੇਰੇ ਨਾਲ ਬਿਤਕਰਾ ਕਿਉਂ ਕਰਦੇ ਹੋ ਉਹ ਕਹਿੰਦੇ ਗੱਲ ਨਾਲ ਰਹੀ ਗੱਲ ਬਸ ਮੈਂ ਸਾਰਾ ਜਿਹੜਾ ਹਿੰਦੁਸਤਾਨ ਹੈ ਇੱਕ ਮਹਾ ਖੁੱਚ ਥੱਲੇ ਨਹੀਂ ਕੱਢਦਾ ਸਹੀ ਹੈ ਜਿਵੇਂ ਕਹਿੰਦਾ ਲੱਤ ਥੱਲੇ ਨਹੀਂ ਕੱਢਦਾ ਹੁਣ ਇਹਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਉਹਨਾਂ ਦੇ ਸੱਭਿਆਚਾਰ ਦੇ ਗੁਲਾਮ ਬਿਲਕੁਲ ਠੀਕ ਹੈ ਹਾਂ ਹੁਣ ਮੈਨੂੰ ਤੇ ਤਰਸ ਆਉਂਦਾ ਅੱਗੇ ਮੈਂ ਕ੍ਰੋਧ ਕਰਦਾ ਸੀ ਨਾ ਉਹਨਾਂ ਨੇ ਦਾਰਸ਼ਨਿਕ ਪੈਦਾ ਕੀਤਾ ਠੀਕ ਹੈ ਨਾ ਸਿੱਖਿਆ ਸ਼ਾਸਤਰੀ ਪੈਦਾ ਕੀਤਾ ਬਿਲਕੁਲ ਠੀਕ ਹੈ ਦਾਦੇ ਜੀ ਕੋਈ ਪੈਦਾ ਕੀਤਾ ਨਾ ਕੋਈ ਵਧੀਆ ਕਾਨੂੰਨਦਾਰ ਪੈਦਾ ਕੀਤਾ ਠੀਕ ਹੈ ਨਾ ਵਿਗਿਆਨੀ ਪੈਦਾ ਕੀਤਾ ਫਿਰ ਉਹਨਾਂ ਨੇ ਪੈਦਾ ਕੀ ਕੀਤਾ ਹਾਂ ਟੁਕੜ ਬੋਝ ਬਿਊਰੋਕਰੇਸੀ ਹਾਂ ਸਹੀ ਹੈ ਉਹਦੇ ਭਲੇ ਕੀ ਹੈ ਕਰਪਸ਼ਨ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਅੰਗਰੇਜ਼ੀ ਦੇ ਹਾਮੀ ਹੈ ਪਹਿਲਾਂ ਅਰਬੀ ਫਾਰਸੀ ਦੇ ਹਾਮੀ ਸੀ ਪੱਲੇ ਕੁਛ ਹੈ ਨਹੀਂ ਅਸੀਂ ਆ ਵੱਡੇ ਖੱਬੀ ਖਾਂ ਕਮਾਲ ਹੈ ਕੰਮ ਕੋਈ ਕਰਨਾ ਨਹੀਂ ਆਪਦੇ ਗਰੀਬ ਨੂੰ ਗਾਲਾਂ ਦੇਣਾ ਲੋਕਾਂ ਤੋਂ ਡਰਨਾ ਹੈ ਵੀ ਇਹਨਾਂ ਦੇ ਪੈਂਟ ਕੋਟ ਪਾਇਆ ਜੀ ਇਹਨਾਂ ਦੇ ਅਚਕਨ ਤੇਰੇ ਪਜਾਮਾ ਪਾਇਆ ਜੀ ਇਹ ਗੱਲ ਹੈ ਮੈਂ ਕਿ ਇਹ ਨਹੀਂ ਕੰਮ ਹੋਣ ਲੱਗਾ ਹੋਰ ਦੀ ਮਰਜ਼ੀ ਹੋ ਜੇ ਤੁਰਿਆ ਜਾਂਦਾ ਵਾ ਪਿਛਲਾ ਬੰਦਾ ਮੈਨੂੰ ਰਲ ਕੇ ਕ੍ਰੋਸ ਨਹੀਂ ਕਰ ਸਕਦਾ ਭਾਵੇਂ ਜਿੰਨਾ ਮਰਜ਼ੀ ਮਾਂ ਦਾ ਦੁੱਧ ਪੀਤਾ ਹੋਵੇ ਸਕੂਲ ਚ ਅੰਗਰੇਜ਼ੀ ਵਾਲੀ ਮੈਡਮ ਕਹਿੰਦੀ ਸੀ ਜੇ ਤੈਨੂੰ ਇੰਗਲਿਸ਼ ਆ ਗਈ ਨਾ ਬੋਲਣੀ ਤਾਂ ਤੂੰ ਕਿਸੇ ਤੋਂ ਮਾਰ ਨਹੀਂ ਖਾ ਸਕਦਾ ਉਹ ਵਿਚਾਰਨ ਭੁਲੇਖਾ ਸੀਗਾ ਅਸਲ ਚ ਇਹ ਵੀ ਜਦੋਂ ਤੁਹਾਨੂੰ ਅੰਗਰੇਜ਼ੀ ਪਾਈ ਮਾਰ ਹੀ ਤੁਹਾਡੇ ਚੋਦੇ ਪੈਣ ਲੱਗੀ ਬਾਹਰ ਜਾਂਦੇ ਆ ਕੋਈ ਬਲੱਡੀ ਇੰਡੀਅਨ ਕਹਿੰਦਾ ਕਹਿੰਦਾ ਕਿ ਨਹੀਂ ਕੋਈ ਬਲੱਡੀ ਪਾਕੀ ਕਹਿੰਦਾ ਸਾਡੇ ਕੋਲੇ ਦੁਨੀਆ ਦੀਆਂ ਕੌਮਾਂ ਸਾਡੇ ਕੋਲੇ ਵਪਾਰ ਕਰਨ ਆਉਂਦੀਆਂ ਸੀ ਇੰਗਲੈਂਡ ਨੂੰ ਅਸੀਂ ਸੱਦਿਆ ਨਹੀਂ ਸਾਡੇ ਕੋਲੇ ਆਏ ਸੀ ਜਰਮਨ ਨੂੰ ਅਸੀਂ ਸੱਦਿਆ ਨਹੀਂ ਸਾਡੇ ਕੋਲੇ ਆਏ ਸੀ ਸਪੇਨ ਨੂੰ ਸੱਦਿਆ ਨਹੀਂ ਸਾਡੇ ਕੋਲੇ ਆਏ ਸੀ ਪੁਰਤਗਾਲ ਨੂੰ ਸੱਦਿਆ ਨਹੀਂ ਸੀ ਸਾਡੇ ਕੋਲੇ ਆਏ ਸੀ ਸਾਡੇ ਕੋਲੇ ਰਿਸ਼ਤਾ ਕਰਨ ਆਏ ਸੀ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਟਾਈਮਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਰਪ੍ਰੀਤ ਸਿੰਘ ਮੱਕੜ ਸਵਾਗਤ ਕਰਦਾ ਪੰਜਾਬ ਪੂਰੇ ਮੁਲਕ ਦੇ ਵਿੱਚ ਆਪਣੇ ਸੱਭਿਆਚਾਰ ਕਰਕੇ ਜਾਣਿਆ ਜਾਂਦਾ ਸੀ ਚਾਹੇ ਉਹ ਸੱਭਿਆਚਾਰ ਦੇ ਵਿੱਚ ਪੰਜਾਬੀ ਬੋਲੀ ਹੋਵੇ ਪੰਜਾਬ ਦਾ ਖਾਣਾ ਹੋਵੇ ਪੰਜਾਬ ਦਾ ਵਿਰਸਾ ਹੋਵੇ ਪੰਜਾਬ ਦਾ ਪਹਿਰਾਵਾ ਹੋਵੇ ਪਰ ਜਿਵੇਂ ਜਿਵੇਂ ਸਮੇਂ ਦੇ ਵਿੱਚ ਤਬਦੀਲੀ ਆਈ ਤਾਂ ਇਹ ਸਾਰੀਆਂ ਚੀਜ਼ਾਂ ਅਲੋਪ ਹੁੰਦੀਆਂ ਗਈਆਂ ਪਰ ਅੱਜ ਤੁਹਾਨੂੰ ਅਸੀਂ ਦੋ ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਆਪਣਾ ਵਿਰਸਾ ਨਹੀਂ ਪਿੱਛੇ ਛੱਡਿਆ ਹਾਲਾਂਕਿ ਪਿੰਡਾਂ ਦੇ ਵਿੱਚ ਸਾਨੂੰ ਤੁਸੀਂ ਦੇਖਦੇ ਹੋਵੋਗੇ ਅਕਸਰ ਤੁਹਾਨੂੰ ਕੁੜਤੇ ਚਾਦਰੇ ਪਾਏ ਹੋਏ ਬਜ਼ੁਰਗ ਦਿਖ ਜਾਣਗੇ ਪਰ ਜਦੋਂ ਕੋਈ ਬੰਦਾ ਪੜ੍ਹ ਲਿਖ ਜਾਂਦਾ ਹੈ ਵੱਧ ਪੜ੍ਹ ਲਿਖ ਜਾਂਦਾ ਹੈ ਸਕੂਲ ਕਾਲਜ ਵੱਲ ਨੂੰ ਚਲੇ ਜਾਂਦਾ ਹੈ ਤਾਂ ਉਹਦਾ ਪਹਿਰਾਵਾ ਚੇਂਜ ਹੋ ਜਾਂਦਾ ਉਹਦੀ ਬੋਲੀ ਚੇਂਜ ਹੋ ਜਾਂਦੀ ਹੈ ਪਰ ਜਿਹੜੀਆਂ ਇਹ ਦੋ ਸ਼ਖਸੀਅਤਾਂ ਨੇ ਚਾਹੇ ਉਹ ਕਲਾਸ 1 ਅਫਸਰ ਰਹੇ ਹੋਣ ਪੰਜਾਬ ਸਰਕਾਰ ਦੇ ਵਿਭਾਗ ਦੇ ਵਿੱਚ ਅਤੇ ਜਿੰਨੇ ਅੱਜ ਕੱਲ੍ਹ ਇੱਕ ਕਿਸੇ ਬੱਚੇ ਦੇ ਸਟੂਡੈਂਟ ਦੇ ਸਬਜੈਕਟ ਨਹੀਂ ਹੁੰਦੇ ਉਨੀਆਂ ਇਹਨਾਂ ਨੇ ਐੱਮ ਏ ਕੀਤੀਆਂ ਹੋਈਆਂ ਨੇ ਇਹ ਜਾਣ ਪਹਿਚਾਣ ਦੇ ਮੁਹਤਾਜ ਤਾਂ ਨਹੀਂ ਨੇ ਬਾਪੂ ਬਲਕੌਰ ਸਿੰਘ ਅਕਸਰ ਹੀ ਤੁਸੀਂ ਇਹਨਾਂ ਦੀਆਂ ਚਰਚਾਵਾਂ ਸੁਣਦੇ ਰਹੇ ਹੋ ਅੱਜ ਤੁਹਾਨੂੰ ਇਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਵੀ ਇਹ ਜਿਹੜਾ ਪਹਿਰਾਵਾ ਇਹਦੇ ਪਿੱਛੇ ਰਾਜ ਕੀ ਹੈ ਅਤੇ ਇਹਨਾਂ ਦੇ ਨਾਲ ਇੱਕ ਹੋਰ ਸ਼ਖਸ ਮੌਜੂਦ ਨੇ ਐਡਵੋਕੇਟ ਸਰਦਾਰ ਸੁਖਰਾਜ ਸਿੰਘ ਬਰਾੜ ਸਾਹਿਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਅਤੇ ਖਾਸ ਗੱਲ ਇਹ ਹੈ ਸਾਬਕਾ ਡਿਪਟੀ ਐਡਵੋਕੇਟ ਜਨਰਲ ਵੀ ਨੇ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕੋਰਟ ਦੇ ਵਿੱਚ ਵੀ ਇਹ ਬਰਾੜ ਸਾਹਿਬ ਕੁੜਤਾ ਅਤੇ ਚਾਦਰਾ ਲਾ ਕੇ ਜਾਂਦੇ ਨੇ ਅਤੇ ਉਦੋਂ ਕੀ ਪ੍ਰਭਾਵ ਪੈਂਦਾ ਹੈ ਅਤੇ ਗੱਲਬਾਤ ਕਰਾਂਗੇ ਅੱਜ ਸਾਰਾ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਅਸੀਂ ਅੱਜ ਜਾ ਰਹੇ ਸੀਗੇ ਤੇ ਦੋਵੇਂ ਸਾਨੂੰ ਮਿਲੇ ਤੇ ਦੋਵਾਂ ਦੇ ਕੁੜਤਾ ਚਾਦਰਾ ਲਾਇਆ ਹੋਇਆ ਸੀਗਾ ਤੇ ਸਾਨੂੰ ਐਂ ਲੱਗਿਆ ਵੀ ਅਸੀਂ ਆਪ ਤਾਂ ਜਾਣੀਏ ਨਾਲ ਤੁਹਾਡੇ ਵੀ ਰੂਬਰੂ ਕਰਾਈਏ ਵੀ ਅਸੀਂ ਅਕਸਰ ਦੇਖਦੇ ਹਾਂ ਅੱਜ ਕੱਲ੍ਹ ਮੁੰਡੇ ਦਾ ਛੱਡ ਕੇ ਕੁੜੀਆਂ ਵੀ ਜਿਹੜੀਆਂ ਹੈ ਉਹ ਮੁੰਡਿਆਂ ਦੇ ਕੱਪੜੇ ਪਾਉਂਦੀਆਂ ਨੇ ਠੀਕ ਹੈ ਚਲੋ ਕੋਈ ਹਾਂ ਆਜ਼ਾਦੀ ਹੈ ਪਾ ਸਕਦੇ ਹਾਂ ਸਾਨੂੰ ਕੋਈ ਉਹ ਹੋਣੀ ਨਹੀਂ ਚਾਹੀਦੀ ਓਬਜੈਕਸ਼ਨ ਪਰ ਜਿਹੜਾ ਇਹ ਚਾਦਰਾ ਅਤੇ ਕੁੜਤਾ ਇਹ ਅਲੋਪ ਹੁੰਦੇ ਜਾ ਰਹੇ ਨੇ ਅੱਜ ਪਰ ਤੁਸੀਂ ਇਹ ਹਜੇ ਤੱਕ ਮਤਲਬ ਛੱਡ ਕੇ ਪਾਇਆ ਕਿ ਕਿਵੇਂ ਇਹਦਾ ਸਬੱਬ ਬਣਿਆ ਪਹਿਲੀ ਗੱਲ ਤਾਂ ਵੀ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਪਜਾਮਾ ਪਾਵੇ ਨਾ ਉਹਨੂੰ ਸੁੱਥੂ ਆਦੇ ਅੱਛਾ ਸੁੱਥੂ ਸੁੱਥੂ ਹਾਂ ਜਾਂ ਤੰਬੂ ਅੱਛਾ ਤੇ ਜੇ ਕਿਸੇ ਨੂੰ ਮੂਰਖਣਾ ਮੂਰਖ ਆਖਣਾ ਹੋਵੇ ਉਹਨੂੰ ਕਹਿਣਗੇ ਗੱਲ ਸੁਣੋ ਪਜਾਮਿਆਂ ਪਤਲੂਨ ਪਾਈ ਹੋਵੇ ਨਾ ਤੇ ਤੁਸੀਂ ਹੱਸੋਗੇ ਵੀ ਇੱਕ ਵਾਰੀ ਬਹੁਤ ਹੀ ਟਾਈਟ ਪਤਲੂਨ ਪਾਈ ਤੇ ਮਾਤਾ ਸਾਡੇ ਪਿੰਡਾਂ ਦੀ ਉਹਦੇ ਬੰਦੀ ਵੇਖੀ ਜਾਵੇ ਉਹ ਜਦੋਂ ਕਿਸੇ ਪਾਸੇ ਦੀ ਨਾ ਹਵਾ ਮਤਲਬ ਅਸੀਂ ਉਹਨੂੰ ਵੀ ਇਹਨਾਂ ਪਾਉਣ ਸਾਰੇ ਬਹੁਤ ਕਹਿਣਗੇ ਐਡਵਾਂਸ ਲੋਕ ਪਾਉਂਦੇ ਆ ਜੀ ਤੇ ਪਾਉਂਦੇ ਆ ਤੇ ਬੜੇ ਖਾਨਦਾਨੀ ਪਾਉਂਦੇ ਆ ਸਾਡੇ ਲਈ ਇਹ ਵੀ ਕੋਈ ਬਹੁਤ ਅਰਥ ਹੀ ਜ਼ਿਆਦਾ ਅਸੀਂ ਵੀ ਸਕੂਲਾਂ 'ਚ ਪੜ੍ਹਨ ਲੱਗ ਗਏ ਘਰਾਂ 'ਚ ਸਾਰੇ ਚਾਦਰੇ ਪਾਉਂਦੇ ਸੀ ਰਿਸ਼ਤੇਦਾਰੀਆਂ 'ਚ ਚਾਦਰੇ ਯਾਰ ਦੋਸਤ ਸਭ ਟੌਰਚ ਤੌਰ ਨਹੀਂ ਚੱਲੀ ਜਾਂਦੀ ਪਹਿਲਾਂ ਤਾਂ ਐਂ ਡਰ ਲੱਗਦਾ ਸੀ ਵੀ ਇੱਥੇ ਅੰਗਰੇਜ਼ੀ ਬੋਲਦੇ ਆ ਸਾਰੇ ਇਹ ਨਹੀਂ ਬੋਲੀ ਜਾਣੀ ਕਿ ਜਿਹੜੀ ਭਾਸ਼ਾ ਨਾ ਉਹ ਆਦਤ ਹੈ ਲੈਂਗੁਏਜ ਇਜ਼ ਅ ਹੈਬਿਟ ਵੀ ਇਹਨਾਂ ਤੁਸੀਂ ਇਹ ਨਹੀਂ ਹੁਣ ਜੇ ਤੁਸੀਂ ਬੱਚੇ ਨੂੰ ਬੰਗਾਲ 'ਚ ਛੱਡ ਦਿਓ ਆਪੇ ਬੰਗਾਲੀ ਬੋਲਣ ਲੱਗ ਜੂ ਉਹ ਅਤੇ ਮੈਂ ਮੇਰੀ ਡਿਊਟੀ ਲਾ ਤੀ ਜਸਟਿਸ KS ਗਰੇਵਾਲ ਦੀ ਕੋਰਟ 'ਚ ਜੀ ਅਤੇ ਉਹ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਪੜ੍ਹੇ ਲਿਖੇ ਸੀਗੇ ਜੀ ਔਰ ਅੰਗਰੇਜ਼ੀ ਸਕੂਲਾਂ ਦੀ ਪੜ੍ਹਾਈ ਸੀ ਉਹਨਾਂ ਦੀ ਅਤੇ ਬਹੁਤ ਵਧੀਆ ਅੰਗਰੇਜ਼ੀ ਬੋਲਦੇ ਸੀ ਔਰ ਜੇ ਕੋਈ ਗਲਤ ਬੋਲਦਾ ਅੰਗਰੇਜ਼ੀ ਉਹ ਟੋਕਦੇ ਵੀ ਬਹੁਤ ਸੀ ਅੱਛਾ ਜਿਵੇਂ ਕਿਸੇ ਨੇ ਕਹਿਤਾ ਵੀ ਹਾਊ ਮੱਚ ਰਿਕਵਰੀ ਵੀ ਕਿੰਨੀ ਰਿਕਵਰੀ ਹੈ ਅਤੇ ਕਿਸੇ ਨੇ ਕਹਿਤਾ ਜੀ 15 KG ਹੀਰੋਇਨ ਓ ਮਿਸਟਰ ਯੂ ਵਿਲ ਫਾਈਂਡ ਹੀਰੋਇਨ ਐਟ ਬੰਬੇ ਹੈਰੋਇਨ ਹਾਂ ਅਤੇ ਕੀ ਹੋਇਆ 2 ਮਹੀਨੇ ਬਾਅਦ ਮੈਂ ਇਹ ਫੈਸਲਾ ਕਰ ਲਿਆ ਜਾ ਕੇ ਵੀ ਆਪਾਂ ਨੂੰ ਇੰਨੀ ਅੰਗਰੇਜ਼ੀ ਆਉਂਦੀ ਨਹੀਂ ਸਾਰੇ ਪਤੰਦਰ ਕੋਈ ਜੱਜ ਦਾ ਮੁੰਡਾ ਕੋਈ ਆਈ ਐੱਸ ਦਾ ਕੋਈ ਆਈ ਪੀ ਐੱਸ ਦਾ ਕੋਈ ਮਿਨਿਸਟਰ ਦਾ ਅਤੇ ਤੂੰ ਸੋਖਰਾ ਸਿਆ ਜਿੰਨਾ ਚਿਰ ਰਹੇਂਗੇ ਸਰਕਾਰ ਹੈ ਠੀਕ ਹੈ ਨਹੀਂ ਆਪਾਂ ਵਾਪਸ ਚਲੇ ਜਾਵਾਂਗੇ ਸਰਸੇ ਠੀਕ ਹੈ ਉੱਥੇ ਮੈਂ ਲੀਡਿੰਗ ਐਡਵੋਕੇਟ ਸੀ ਸਰਸੇ ਫੌਜਦਾਰੀ ਸਾਈਡ 'ਚ ਅਤੇ ਕਿਉਂਕਿ ਮੈਂ 21 ਸਾਲ ਵਕਾਲਤ ਕਰ ਚੁੱਕਿਆ ਸੀ ਸਰਸੇ ਨਾਲ ਨਾਲ ਮੈਨੂੰ ਪੱਤਰਕਾਰੀ ਦਾ ਸ਼ੌਕ ਸੀ ਅਜੀਤ ਅਖਬਾਰ ਟ੍ਰਿਬਿਊਨ ਪੰਜਾਬ ਕੇਸਰੀ ਗਰੁੱਪ ਮੇਰੇ ਕੋਲ ਸੀ ਸਾਰੇ ਤਾਂ ਹੀ ਮੇਰੀ ਸਰਦਾਰ ਦਰਸ਼ਨ ਸਿੰਘ ਮੱਕੜ ਹੋਰਿਆਂ ਨਾਲ ਇਹ ਜਿਹੜੇ ਲੁਧਿਆਣਾ ਟਾਈਮਸ ਦੇ ਮਾਲਕ ਉਹਨਾਂ ਨਾਲ ਜਾਣ ਪਛਾਣ ਹੋਈ ਇੱਕ ਸਾਡੇ ਨਿਊਜ਼ ਐਡੀਟਰ ਸੀ ਉੱਥੇ ਮੈਂ ਜਾਣਾ ਇਹਨਾਂ ਨੂੰ ਮਿਲ ਕੇ ਆਉਣਾ ਫਿਰ ਅਸੀਂ ਕਈ ਵਾਰੀ ਆਉਂਦੇ ਵਾਪਸ ਤਾਂ ਇਕੱਠੇ ਆਉਂਦੇ ਜੀ ਮੇਰੇ ਇਹਨਾਂ ਕੋਲ ਆਉਂਦਾ ਹੁੰਦਾ ਮੈਂ ਲੁਧਿਆਣੇ ਉਹਨਾਂ ਨੇ ਘਰੇ ਆਉਣਾ ਹੁੰਦਾ ਅਤੇ ਅਸੀਂ ਫਿਰ ਟ੍ਰੇਨ 'ਤੇ ਆਉਂਦੇ ਜਲੰਧਰ ਤੋਂ ਜੀ 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 ਅਤੇ ਬੱਸ 'ਤੇ ਨਹੀਂ ਆਉਂਦੇ ਸੀ ਅਤੇ ਫਿਰ ਮੈਂ ਕਈ ਵਾਰੀ ਮੱਕੜ ਸਾਹਿਬ ਦੇ ਪ੍ਰਤਾਪ ਨਗਰ ਘਰੇ ਵੀ ਗਿਆ ਸਾਹਿਬ ਵੀ ਮੇਰੇ ਨਾਲ ਗਏ ਉਦੋਂ ਇਹ ETO ਸੀ ਹਾਂਜੀ ਉਸ ਤੋਂ ਪਿੱਛੋਂ ਮੈਂ ਜਦੋਂ ਮੈਨੂੰ ਸਾਲ ਖੋ ਗਿਆ ਉੱਥੇ ਪਹਿਲਾਂ ਤਾਂ ਮੈਂ ਜਿਹੜੀ ਗੱਲ ਕਰ ਰਿਹਾ ਸੀ 2 ਮਹੀਨਿਆਂ ਬਾਅਦ ਕੀ ਹੋਇਆ ਕਿ ਇੱਕ ਹਾਈਕੋਰਟ ਦੇ ਜੱਜ ਦਾ ਮੁੰਡਾ ਬਹਿਸ ਕਰਨ ਆ ਗਿਆ ਕੇਸ 'ਚ ਅੱਛਾ ਉਹ ਵੀ ਸਨਾਵਰ ਦਾ ਪੜ੍ਹਿਆ ਹੋਇਆ ਹਾਂ ਬੜਾ ਵੱਡਾ ਸਕੂਲ ਹੈ ਜਾਂ ਜਸਟ ਗਰੇਵਾਲ ਵੀ ਸਨਾਵਰ ਦੇ ਪੜ੍ਹੇ ਵੇ ਅੱਛਾ ਅਤੇ ਉਸੇ ਹਰੇਕ ਗੱਲ ਦੀ ਨਾ ਅਨੁਵਾਦ ਕਰਨਾ ਹੁੰਦਾ ਹੈ ਹਿੰਦੀ 'ਚ ਹੋਵੇ ਚਾਹੇ ਅੰਗਰੇਜ਼ੀ 'ਚ ਹੋਵੇ ਚਾਹੇ ਸੋਰੀ ਉਰਦੂ 'ਚ ਹੋਵੇ ਚਾਹੇ ਅੰਗਰੇਜ਼ੀ 'ਚ ਲਿਖਣਾ ਹੁੰਦਾ ਠੀਕ ਹੈ ਪੰਜਾਬੀ 'ਚ ਹੋਵੇ ਤਾਂ ਵੀ ਉਹ ਟ੍ਰਾਂਸਲੇਸ਼ਨ ਕਰਨੀ ਹੁੰਦੀ FIR ਦੀ ਉਹ ਕਰਕੇ ਲਿਖਤੀ ਹੁਣ ਜਿਹੜਾ ਸਨਾਵਰ ਦੇ ਪੜ੍ਹਿਆ ਉਹਨਾਂ ਨੂੰ ਪਤਾ ਹੀ ਨਹੀਂ ਅੱਧੀਆਂ ਗੱਲਾਂ ਦਾ ਅੱਛਾ ਜੇ ਹੁਣ ਇਹਨਾਂ ਨੂੰ ਪੁੱਛ ਲਏ ਕੁੱਜਾ ਕੀ ਹੁੰਦਾ ਨਹੀਂ ਪਤਾ ਲੱਗਦਾ ਇਹਨੂੰ ਪੁੱਛੋ ਇਹਨੂੰ ਕੀ ਪਤਾ ਨਹੀਂ ਜਿਹੜਾ ਬੱਠਲ ਧਰਨ ਆਵੇ ਸਿਰ 'ਤੇ ਧਰੀ ਦਾ ਬਣਾ ਕੇ ਕੱਪੜੇ ਦਾ ਇਹਨੂੰ ਕਹਿੰਦੇ ਆ ਤਾਂ ਜੱਜ ਸਾਹਿਬ ਨੂੰ ਵੀ ਨਾ ਪਤਾ ਉਹਨੂੰ ਵੀ ਨਾ ਪਤਾ ਜਿਹੜੀ ਟ੍ਰਾਂਸਲੇਸ਼ਨ ਕਰੀ ਨਹੀਂ ਤਾਂ ਮਾਣ ਹੁੰਦਾ ਮੈਂ ਸਨਾਵਰ ਦਾ ਪੜ੍ਹਿਆ ਹਾਂ ਹਾਂ ਉਹਦੇ 'ਚ ਇਹ ਸੀਗਾ ਕਿ ਰਮੇਸ਼ ਕੁਮਾਰ ਕਮਾਦ ਵਿੱਚ ਦੀ ਭੱਜ ਗਿਆ ਅੱਛਾ ਅਤੇ ਫਿਰ ਪੁਲਿਸ ਨੇ ਫੜਿਆ ਅਤੇ 15 ਕਰੋੜ ਪੋਸਟ ਬਰਾਮਦ ਹੋਇਆ ਠੀਕ ਹੈ ਬੇਲ ਹੋ ਜਾਣੀ ਸੀ 15 ਕਿਲੋ 'ਚ ਹਾਂ ਨੋਨ ਕਮਰਸ਼ੀਅਲ ਹੋ ਗਈ ਹਾਂ ਅਤੇ ਨਹੀਂ ਉਦੋਂ ਹਜੇ ਕਮਰਸ਼ੀਅਲ ਨੋਨ ਕਮਰਸ਼ੀਅਲ ਨਹੀਂ ਹੋਇਆ ਸੀ ਬਾਅਦ 'ਚ ਹੋਇਆ ਠੀਕ ਹੈ ਉਹ ਸਿੱਧੇ ਸੀ ਕਿਸੇ ਦੀ ਥੱਲੇ ਵਾਲੇ ਕਰਦੇ ਹੀ ਨਹੀਂ ਸੀ ਇਹਨੇ ਫੜਿਆ ਜਾਂਦਾ ਹਾਈਕੋਰਟ ਹੀ ਕਰਦਾ ਸੀ ਠੀਕ ਹੈ ਇਹ ਕਰ ਹੀ ਦਿੰਦੇ ਸੀ ਅਤੇ ਉਹ ਜਦੋਂ ਖੜਾ ਹੋਇਆ ਉਹਦਾ ਕੇਸ ਕਾਲ ਆਨ ਹੋਇਆ ਤਾਂ ਜੱਜ ਸਾਹਿਬ ਕਹਿੰਦੇ ਮਿਸਟਰ ਸੋ ਐਂਡ ਸੋ ਵਟ ਡੂ ਯੂ ਮੀਨ ਬਾਈ ਕਮਾਦ ਅੱਛਾ
ਉਹ ਕਹਿੰਦਾ ਮਾਈ ਲੋਰਡਸ਼ਿਪ ਕਮਾਦ ਇਜ਼ ਕਮਾਦ ਉਹ ਕਹਿੰਦਾ ਮਿਸਟਰ ਆਈ ਡੋਂਟ ਨੋ ਅਬਾਊਟ ਦਾ ਕਮਾਦ ਫਸਟ ਐਕਸਪਲੇਨ ਮੀ ਕਮਾਦ ਅਦਰਵਾਈਜ਼ ਆਈ ਫੋਰਥ ਵਿਦ ਡਿਸਮਿਸ ਯੂਅਰ ਬੇਲ ਐਪਲੀਕੇਸ਼ਨ ਮੈਂ ਸੁਣ ਰਿਹਾ ਸੀ ਕੋਲੇ ਬੈਠਾ ਸੀ ਸਮਝ ਵੀ ਗਏ ਤੁਸੀਂ ਸਾਰੀ ਗੱਲ ਸਮਝਣ ਦਾ ਹੁਣ ਹੀ ਮੈਂ ਕਿਹਾ ਜਵਾਕ ਫਸ ਗਿਆ ਇਹਨੂੰ ਛੱਡਾ ਜੀ ਮੈਂ ਖੜਾ ਹੋ ਗਿਆ ਮੈਂ ਮਾਈ ਲੋਰਡਸ਼ਿਪ ਐਕਸਕਿਊਜ਼ ਮੀ ਪਲੀਜ਼ ਟੂ ਪੋਕ ਮਾਈ ਨੋਜ਼ ਇਨ ਦਿਸ ਮੈਟਰ ਵਿਦਆਊਟ ਐਨੀ ਕਾਜ਼ ਓਨਲੀ ਟੂ ਹੈਲਪ ਦਿਸ ਯੂਨੀਅਰ ਕੌਂਸਲ ਜੀ ਕਹਿੰਦੇ ਜੈਸ ਮਿਸਟਰ ਬਰਾੜ ਮੈਂ ਕਿਹਾ ਮਾਈ ਲੋਰਡਸ਼ਿਪ ਸ਼ੂਗਰ ਕੈਨ ਕਰੋਪ ਇਜ਼ ਕਾਲਡ ਕਮਾਦ ਇਨ ਪੰਜਾਬੀ ਐਂਡ ਈਖ ਇਨ ਹਿੰਦੀ ਉਹ ਆਈ ਸੀ ਥੈਂਕ ਯੂ ਮਿਸਟਰ ਬਰਾੜ ਮੈਂ ਬਹਿ ਗਿਆ ਉਹਦੀ ਬੇਲ ਕਰਤੀ ਬੇਲ ਕਰਨ ਤੋਂ ਬਾਅਦ ਉਹਨੂੰ ਕਹਿੰਦਾ ਉਹਨੇ ਕਿਹਾ ਵੀ ਆਈ ਐਮ ਹਾਈਲੀ ਓਬਲਾਈਜ਼ਡ ਕਹਿੰਦਾ ਨੋ 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 ਓਬਲਾਈਜ਼ਡ ਮਿਸਟਰ ਬਰਾੜ ਹੀ ਹੈਜ਼ ਬੇਲਡ ਆਊਟ ਯੂ ਫਰੋਮ ਦਿਸ ਕੋਰਟ ਤੁਹਾਡੇ ਕਰਕੇ ਉਸ ਤੋਂ ਬਾਅਦ ਮੈਂ ਘਰ ਖਰੀਦ ਲਿਆ ਵੀ ਆਪਾਂ ਨਹੀਂ ਜਾਂਦੇ ਇਹਨਾਂ ਨੂੰ ਸਾਰਿਆਂ ਨਾਲ ਵੱਧ ਅੰਗਰੇਜ਼ੀ ਹੁੰਦੀ ਇਹ ਇਹੋ ਜਿਹੀ ਤਾਂ ਅੰਗਰੇਜ਼ੀ ਆ ਉੱਥੇ ਫਾਇਦਾ ਹੋ ਗਿਆ ਤੇ ਬ੍ਰਾਂਡ ਸਾਹਿਬ ਜਿਹੜਾ ਕੁੜਤਾ ਚਾਦਰਾ ਪਾਇਆ ਹੈ ਜਦੋਂ ਕੋਰਟ 'ਚ ਗਏ ਹੋ ਤੁਸੀਂ ਦੱਸਿਆ ਵੀ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਜਿਵੇਂ ਜਾਂਦੇ ਰਹੇ ਹੋ ਚਾਦਰਾ ਪਾ ਕੇ ਦਿੰਦੇ ਫਿਰ ਮੈਂ ਜੱਜਾਂ ਦੇ ਬੱਚਿਆਂ ਦੇ ਜਾਂ ਕੋਈ ਫੰਕਸ਼ਨ ਆਈ ਐਸ ਆਈ ਪੀ ਐਸ ਦੇ ਜਿਹੜੇ ਦੋਸਤ ਬੇਲੀ ਸੀ ਐਡਵੋਕੇਟ ਜਨਰਲ ਦੇ ਹੁੰਦਾ ਤਾਂ ਮੈਂ ਚਾਦਰਾ ਬੰਨ ਕੇ ਜਾਂਦਾ ਸੀ ਅੱਛਾ ਤੇ ਉੱਥੇ ਮੈਨੂੰ ਕੋਈ ਨਹੀਂ ਟੋਕਿਆ ਕਿਸੇ ਨੇ ਇੱਕ ਦੋ ਨੇ ਟੋਕਿਆ ਆਪਣੇ ਇਲਾਕੇ ਵਾਲੇ ਬੰਦਿਆਂ ਨੇ ਵੀ ਯਾਰ ਨਾ ਬੰਨ ਕੇ ਚੰਗਾ ਨਹੀਂ ਲੱਗਦਾ ਮੈਂ ਕਿਹਾ ਨਹੀਂ ਯਾਰ ਮੈਂ ਤਾਂ ਬੰਨ ਕੇ ਆਊਗਾ ਤੁਹਾਨੂੰ ਤੁਹਾਡਾ ਢਿੱਡ ਦੁਖਦਾ ਉਸ ਤੋਂ ਬਾਅਦ ਕੀ ਹੋਇਆ ਜਿੱਦਾਂ ਮੈਂ ਦਰਸ਼ਕ ਪਹਿਲੀ ਵਾਰੀ ਚਾਦਰਾ ਬੰਨ ਕੇ ਗਿਆ ਨਾ ਜਸਟਿਸ ਕਮਲਜੀਤ ਸਿੰਘ ਆਹਲੂਵਾਲੀਏ ਦੇ ਬੇਟੇ ਦਾ ਰਿਸੈਪਸ਼ਨ ਸੀ ਅੱਛਾ ਰਿਟਾਇਰ ਹੋ ਗਏ ਹੁਣ ਤਾਂ ਉਹ ਜਿਹੜੇ ਰੇਲਵੇ ਕਲੇਮ ਟ੍ਰਿਬਿਊਨਲ ਉੱਥੇ ਤਾਂ ਫਿਰ ਵੱਡੇ ਵੱਡੇ ਬੰਦੇ ਆਏ ਹੋਣੇ ਕੋਰਟ ਮੈਂਟ ਪਾ ਕੇ ਸੁਪਰੀਮ ਕੋਰਟ ਵੀ ਸੀ ਜੱਜ ਸਾਰੇ ਤੇ ਰਾਜਸਥਾਨ ਹਾਈ ਕੋਰਟ ਚ ਕਿਉਂਕਿ ਉਹਨਾਂ ਦੀ ਪੋਸਟਿੰਗ ਰਾਜਸਥਾਨ ਹਾਈ ਕੋਰਟ ਸੀ ਅਜੇ ਰਾਜਸਥਾਨ ਦੇ ਸਾਰੇ ਜੱਜ ਸੀ ਰਾਜਸਥਾਨ ਤੋਂ ਬਹੁਤ ਸੁਪਰੀਮ ਕੋਰਟ ਦੇ ਜੱਜ ਤੁਸੀਂ ਕੁੜਤੇ ਚਾਦਰੇ ਚ ਇਕੱਲੇ ਹੋ ਗਏ ਉੱਥੋਂ ਜਿਹੜਾ ਚੀਫ ਜਸਟਿਸ ਸੀ ਉਦੋਂ ਮੌਕੇ ਦਾ ਅਜੇ ਅਜੇ ਰਸਤੋਗੀ ਅੱਛਾ ਉਹਦੀ ਕੁੜੀ ਨਾਲ ਇਹਨਾਂ ਦਾ ਵਿਆਹ ਹੋ ਗਿਆ ਤੇ ਉਹ ਉਹ ਜੱਜ ਸਾਰੇ ਆਏ ਸਾਡੇ ਕੁਝ ਪੰਜ ਸੀ ਸਾਊਥ ਇੰਡੀਅਨ ਜੱਜ ਸੀ ਅੱਛਾ ਉਹ ਧੋਤੀਆਂ ਚੋਂ ਆਪਦੀ ਉਸ ਆਦੇ ਚੌਂਦੇ ਲੂੰਗੀ ਚ ਠੀਕ ਹੈ ਪਰ ਉਦੋਂ ਪਹਿਲਾਂ ਇੱਕ ਘਟਨਾ ਇਹ ਹੋ ਗਈ ਜਦੋਂ ਆਹਲੂਵਾਲੀਆ ਸਾਹਿਬ ਦੇ ਬੇਟੇ ਦਾ ਵਿਆਹ ਸੀ ਤਾਂ ਮੈਨੂੰ ਉਹਨਾਂ ਨੇ ਬੁਲਾਇਆ ਜੈਪੁਰ ਮੈਨੂੰ ਇਕੱਲੇ ਨੂੰ ਓਨਰ ਕਰਾਇਆ ਉਹ ਚੁੰਨੀ ਜੀ ਪਾ ਕੇ ਓਨਰ ਕਰਦੇ ਆਪਾਂ ਦਾ ਸੁਰੱਪਾ ਪਾ ਕੇ ਕਰਦੇ ਹਾਂ ਤੇ ਮੈਨੂੰ ਉੱਥੇ ਜਸਟਿਸ ਕਾਨਨ ਮਿਲ ਗਏ ਅੱਛਾ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਮਿਸਟਰ ਬਰਾ ਯੂ ਆਰ ਇਨ ਇੰਗਲਿਸ਼ ਐਡਰੈਸ ਮੈਂ ਕੋਟ ਪੈਂਟ ਸੀ ਸੀ ਮੀ ਆਈ ਐਮ ਐਨ ਇੰਡੀਅਨ ਐਡਰੈਸ ਅੱਛਾ ਮੈਂ ਕਿਹਾ ਮਿਸਟਰ ਕਾਨਨ ਪ੍ਰੋਬਲਮਸ ਵਿਦ ਮੀ ਦਾ ਰਿਸੈਪਸ਼ਨ ਆਫ ਦਿਸ ਬੋਏ ਐਟ ਚੰਡੀਗੜ੍ਹ ਆਈ ਸ਼ੈਲ ਕਮ ਇਨ ਮਾਈ ਐਡਰੈਸ ਐਂਡ ਯੂ ਸ਼ੁਡ ਆਲਸੋ ਕਮ ਇਨ ਯੂਰ ਐਡਰੈਸ ਚੈਲੰਜ ਦਿੱਤਾ ਰਾਈਟ ਮੈਂ ਕਿਹਾ ਜੈਂਟਲਮੈਨ ਪ੍ਰੋਮਿਸ ਹੋ ਗਿਆ ਮੈਂ ਚਾਦਰਾ ਬੰਨ ਕੇ ਉੱਠ ਗਿਆ ਮੈਂ ਜੋ ਚਾਦਰਾ ਬੰਨ ਕੇ ਗਿਆ ਤਾਂ ਜਦੋਂ ਮੈਂ ਪਹਿਲਾਂ ਗਿਆ ਸਰਦਾਰ ਕੁਲਦੀਪ ਸਿੰਘ ਸਾਬਕਾ ਜੱਜ ਸੁਪਰੀਮ ਕੋਰਟ ਖੜੇ ਉਹ ਮੈਨੂੰ ਥਾਪੀ ਦੇ ਕੇ ਕਹਿੰਦੇ ਬੇਟਾ ਆਹ ਨਜ਼ਾਰਾ ਆ ਗਿਆ ਅੱਜ ਆਹ ਲੰਡੀਆਂ ਜੀਆਂ ਧੋਤੀਆਂ ਬੰਨੀ ਫਿਰਦੇ ਆ ਸਾਲੇ ਆਹ ਤੇਰੇ ਬੰਨਿਆ ਸਹੀ ਜਾ ਮੈਂ ਕਿਹਾ ਜੀ ਕਾਨਨ ਕਿੱਥੇ ਆ ਕਹਿੰਦੇ ਉਹ ਖੜਾ ਅੱਛਾ ਮੈਂ ਜਦੋਂ ਕਾਨਨ ਤੇ ਕਾਨਨ ਕੋਟ ਪੈਂਟ ਪਾਈ ਫਿਰੇ ਤੇ ਉੱਥੇ ਖੜੇ ਸੀ ਕੋਈ 18-17 ਜੱਜ ਅੱਛਾ ਤੇ ਸੁਪਰੀਮ ਕੋਰਟ ਦੇ ਜੱਜ ਆ ਜਿਹੜੇ ਹੁਣ ਇਹ ਸਾਡੇ ਐਡਵੋਕੇਟ ਜਨਰਲ ਸੀ ਸ਼੍ਰੀ ਸੂਰਿਆ ਕਾਂਤ ਜੀ ਇਹ ਵੀ ਖੜੇ ਤੇ ਮੈਂ ਆਪਾਂ ਡਰੇ ਡੁਰੇ ਕਿਤੇ ਨਹੀਂ ਕਿਸੇ ਤੋਂ ਮੂੰਹ ਤੇ ਕਹਿਣਾ ਪਿੱਠ ਪਿੱਛੇ ਕੁਛ ਨਹੀਂ ਕਹਿਣਾ ਕਿਸੇ ਨੂੰ ਤੇ ਮੈਂ ਕਿਹਾ ਮਿਸਟਰ ਕਾਨਨ ਯੂ ਹੈਵ ਡਿਸੀਵਡ ਮੀ ਯੂ ਪ੍ਰੋਮਿਸ ਐਟ ਜੈਪੁਰ ਟੂ ਕਮ ਇਨ ਦਾ ਟ੍ਰੀ ਯੂਅਰ ਟ੍ਰੈਡੀਸ਼ਨ ਡਰੈਸ ਨਾਓ ਆਰ ਯੂ ਇਨ ਦਾ ਇੰਗਲਿਸ਼ ਡਰੈਸ ਆਈ ਐਮ ਫੁਲਫਿਲ ਦਾ ਪ੍ਰੋਮਿਸ ਉਹ ਕਹਿੰਦਾ ਸੋਰੀ ਤਾਂ ਉਹ ਸੂਰਿਆ ਕਾਂਤ ਨੇ ਆਖਿਆ ਉਹ ਮੈਨੂੰ ਜਾਣਦੇ ਸੀ ਮੈਂ ਉਹਨਾਂ ਦੇ ਨਾਲ ਰਿਹਾ ਸੀ ਵੀ ਇਹ ਕੁਛ ਹੋਰ ਨਾ ਕਹਿੰਦੇ ਜੱਜ ਨੂੰ ਹਟਣਾ ਤਾਂ ਹੀ ਨਹੀਂ ਕਹਿਣਾ ਮੈਨੂੰ ਕਹਿੰਦੇ ਬਰਾੜ ਸਾਹਿਬ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੀ ਜੱਜ ਜਿਹੜਾ ਜੱਜ ਕਹਿਣ ਨੂੰ ਠੀਕ ਹੁੰਦਾ ਜੱਜ ਦਾ ਮਿੰਟ 'ਚ ਹੀ ਬਦਲ ਜਾਂਦੇ ਵਕੀਲ ਦੀ ਜ਼ਬਾਨ ਹੁੰਦੀ ਹੈ ਸਾਰੇ ਹਾਸੇ 'ਚ ਪਾ ਦਿੱਤੀ ਉਹਨਾਂ ਨੇ ਬਸ ਉਦੋਂ ਬਾਅਦ ਫਿਰ ਮੈਂ ਜਾਣ ਲੱਗ ਗਿਆ ਹਰ ਫੰਕਸ਼ਨ 'ਚ ਹੁਣ ਕੀ ਹੋਇਆ ਅੱਜ ਤੋਂ ਕੋਈ 1.5-2 ਸਾਲ ਪਹਿਲਾਂ ਦੀ ਗੱਲ ਆ ਲੋਕਡਾਊਨ ਲੱਗਣ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਪੰਜਾਬ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੇਸ 'ਚ ਉਹਨਾਂ ਨੇ ਵਕੀਲ ਲਿਆਂਦਾ ਦਿੱਲੀ ਤੋਂ ਅੱਛਾ ਸਾਬਕਾ ਫਾਈਨਾਂਸ ਮਿਨਿਸਟਰ ਆਫ ਇੰਡੀਆ ਸ਼੍ਰੀ ਪੀ ਚਿਦੰਬਰਮ ਜਿਹੜੇ ਕਿ ਸੁਪਰੀਮ ਕੋਰਟ ਦੇ ਲੀਡਿੰਗ ਵਕੀਲ ਉਹ ਬਹਿਸ ਕਰਨ ਆਏ ਉਹ ਆਪਦੀ ਫਿਰ ਉਸੇ 'ਚ ਆ ਗਏ ਪੋਸ਼ਾਕ 'ਚ ਤਾਮਿਲਨਾਡੂ ਦੇ ਨੇ ਬੰਨ ਕੇ ਤਮ ਹਾਂ ਉਹ 15 ਦਿਨ ਲਗਾਤਾਰ ਬਹਿਸ ਕਰਦੇ ਰਹੇ 15 ਦਿਨ ਹੀ ਆਏ ਅੱਛਾ ਮੈਂ ਨਾਲ ਵਾਲੇ ਵਕੀਲਾਂ ਨੂੰ ਕਹਿ ਲਿਆ ਵੀ ਮੈਂ ਕਿਹਾ ਹੁਣ ਤਾਂ ਉੱਥੇ ਜਾਂਦੇ ਸੀ ਹੁਣ ਹਾਈ ਕੋਰਟ 'ਚ ਵੀ ਆਪਾਂ ਚਾਦਰਾ ਬੰਨ ਕੇ ਚੱਕ ਦਿੰਦੇ ਫੱਟੇ ਅੱਛਾ ਤੇ ਮੈਂ ਕਿਹਾ ਉਦੋਂ ਬੰਨ ਕੇ ਆਉਣ ਹੀ ਲੱਗ ਗਿਆ ਜਿੱਦਾਂ ਮੇਰਾ ਕੋਈ ਕੇਸ ਨਹੀਂ ਲੱਗਿਆ ਹੁੰਦਾ ਸੀ ਬਾਈ ਚਾਂਸ ਉਦੋਂ ਮੈਂ ਬੰਨ ਕੇ ਆ ਜਾਂਦਾ ਜਾਂ ਜੱਜ ਛੁੱਟੀ ਦਾ ਜਿਹਦੇ ਮੇਰੇ ਕੇਸ ਲੱਗੇ ਆ ਤੇ ਮੈਨੂੰ ਸਾਰਿਆਂ ਨੇ ਐਪਰੀਸ਼ੀਏਟ ਕਰਿਆ ਜਦੋਂ ਮੈਂ ਚਾਦਰਾ ਬੰਨ ਕੇ ਆਉਂਦਾ ਸੀ ਠੀਕ ਹੈ ਵੀ ਆਹ ਠੀਕ ਹੈ ਤੇ ਉਹ ਜਦੋਂ ਮੈਂ ਕਿਹਾ ਇਸ ਜੱਜ ਦੇ ਮੇਰਾ ਕੇਸ ਲੱਗਿਆ ਦੋਵਾਂ ਦੇ ਜਿੱਥੇ ਪੀ ਚਿਦੰਬਰ ਜਾਂਦਾ ਉੱਥੇ ਮੈਂ ਭਾਈ ਆਹ ਚਾਦਰਾ ਬੰਨ ਕੇ ਆਉਂਦਾ ਠੀਕ ਹੈ ਉਹ ਰੱਬ ਦੀ ਕਰਨੀ ਹਫ਼ਤੇ ਕੁ ਬਾਅਦ ਹੀ ਲੱਗ ਗਿਆ ਮੈਂ ਗਿਆ ਤੇ
ਮੈਂ ਐਚਕਨ ਸਵਾਰੀ ਵਿਚਾਰੇ ਉੱਤੋਂ ਦੀ ਘੋਟ ਨਹੀਂ ਵਧੀਆ ਲੱਗਦਾ ਤੇ ਉਹ ਉੱਥੇ ਸਿਉਣੀ ਨਹੀਂ ਆਈ ਫਿਰ ਮੈਂ ਪਟਿਆਲੇ ਜਾ ਕੇ ਸਮਾ ਕੇ ਲਿਆ ਅਕੀਲ ਅਹਿਮਦ ਦਰਜੀ ਤੇ ਉਹ ਜਦੋਂ ਮੈਂ ਗਿਆ ਕੋਰਟ 'ਚ ਉੱਥੇ ਜਿਹੜਾ ਸਿਸਟਮ ਹੈ ਉਹ ਮੇਜ਼ ਐਡਾ ਤਾਂ ਮੇਜ਼ ਉੱਚਾ ਹੁੰਦਾ ਉੱਤੇ ਸਟੂਲ ਹੁੰਦਾ ਤੇ ਮੇਰੇ ਇੱਕ ਐਚਕਨ ਪਾਈ ਸੀ ਐਚਕਨ ਉਹ ਵੀ ਗੋਡਿਆਂ ਤੋਂ ਨੀਵੀਂ ਹੁੰਦੀ ਹੈ ਤੇ ਉਹਨੂੰ ਜੱਜ ਨੂੰ ਜੱਜਾਂ ਨੂੰ ਪਤਾ ਨਹੀਂ ਲੱਗਿਆ ਮੇਰੀ ਬਹਿਸ ਸੁਣ ਲਈ ਉਹਨਾਂ ਨੇ ਐਡਮਿਟ ਕਰ ਲਿਆ ਮੇਰਾ ਕੇਸ ਤੇ ਬੇਲ ਕਰਤੀ ਅੱਛਾ ਮੈਂ ਚਿੱਤ 'ਚ ਸੋਚਿਆ ਵੀ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਿਆ ਮੇਰੇ ਨਾਲ 15 ਵਕੀਲ ਗਏ ਵੀ ਤੈਨੂੰ ਹਾਈਕੋਰਟ 'ਚੋਂ ਕੱਢਣਗੇ ਲੈ ਕੇ ਗਿਆ ਮੈਂ ਨਾਲ ਮੈਂ ਕਿਹਾ ਆ ਜਾਓ ਭਾਈ ਕੱਢਣ ਲੱਗੇ ਤਾਂ ਕੋਈ ਨਹੀਂ ਨਿਕਲ ਜਾਂਗੇ ਹੋਰ ਕੀ ਆ ਹੁਣ ਮੈਂ ਚਾਦਰਾ ਤਾਂ ਛੱਡਦਾ ਨਹੀਂ ਅੱਛਾ ਤਾਂ ਮੈਂ ਜਦੋਂ ਵਾਪਸ ਥੋੜ੍ਹਾ ਜਿਹਾ 10 ਕਦਮ ਆਇਆ ਤਾਂ ਜੱਜ ਸਾਹਿਬ ਨੇ ਮੈਨੂੰ ਬੁਲਾਇਆ ਵੀ ਹਾਂ ਮਿਸਟਰ ਬਰਾਰ ਉਹਨਾਂ ਨੇ ਦੇਖ ਲਿਆ ਹਾਂ ਉਹਨਾਂ ਨੇ ਦੇਖ ਲਿਆ ਤਾਂ ਉਹਨਾਂ ਨੇ ਅੱਗੋਂ ਕਹਿਤਾ ਕਿ ਯੂ ਆਰ ਨੋਟ ਇਨ ਪ੍ਰੋਪਰ ਯੂਨੀਫਾਰਮ ਅੱਛਾ ਤਾਂ ਮੈਂ ਅੱਗੋਂ ਜਵਾਬ ਦਿੱਤਾ ਮੈਂ ਕਿਹਾ ਮਾਈ ਲੋਰਡਸ਼ਿਪ ਇਟ ਇਜ਼ ਨੋਟ ਯੂਨੀਫਾਰਮ ਆਈ ਐਮ ਪ੍ਰੋਪਰਲੀ ਇਨ ਰੋਬਸ ਹਾਂ ਆਰ ਓ ਬੀ ਈ ਐਸ ਤੇ ਕਹਿੰਦਾ ਨੋ ਨੋ ਯੂ ਹੈਵ ਨੋਟ ਬੀਅਰਡ ਦਾ ਪੈਂਟ ਮੈਂ ਕਿਹਾ ਮਾਈ ਲੋਰਡਸ਼ਿਪ ਯੂ ਆਰ ਵੀ ਤੁਸੀਂ ਮੈਨੂੰ ਇਸ ਕਰਕੇ ਮੈਂ ਬੋਲਿਆ ਤਾਂ ਅੰਗਰੇਜ਼ੀ ਸੀ ਮੈਂ ਕਿਹਾ ਤੁਸੀਂ ਮੈਨੂੰ ਇਸ ਕਰਕੇ ਟੋਕਦੇ ਹੋ ਕਿ ਮੈਂ ਸਾਬਕਾ ਫਾਈਨਾਂਸ ਮਿਨਿਸਟਰ ਇੰਡੀਆ ਨਹੀਂ ਵੀ ਚਿਤੰਬਰ ਮੈਂ ਰੋਜ਼ ਪੇਸ਼ ਹੁੰਦਾ ਹੈ ਇਸੇ ਡਰੈਸ 'ਚ ਉਹਨੂੰ ਤਾਂ ਰੋਕਿਆ ਨਹੀਂ ਤੁਸੀਂ ਕਦੇ ਚਾਦਰੇ ਵਾਲੀ ਆਉਂਦਾ ਤੇ ਮੈਨੂੰ ਰੋਕੀ ਜਾਂਦੇ ਹੋ ਇਹ ਕੀ ਗੱਲ ਬਾਈ ਬਾਈ ਦਿਸ ਡਿਸਕ੍ਰੀਮੀਨੇਸ਼ਨ ਮੇਰੇ ਨਾਲ ਬਿਤਕਰਾ ਕਿਉਂ ਕਰਦੇ ਹੋ ਉਹ ਕਹਿੰਦੇ ਜਨ ਆਲ ਰਹੀ ਚੱਲ ਬਸ ਉਹਦੇ 15 ਗਏ ਸੀ ਮੈਂ ਕਿਹਾ 10 ਹੁਣ ਮੈਂ ਭੱਜਿਆ ਕਿ ਜੱਜ ਭੱਜੇ ਠੀਕ ਹੈ ਮੰਨ ਕੇ ਪ੍ਰਵਾਨ ਹੋ ਗਈ ਜਿਹਨੇ ਪੈਂਟ ਕੋਟ ਪਾਇਆ ਉਹਨੇ ਮੇਰੀ ਪੱਗ ਹੱਥ ਪਾਉਣੀ ਮਾਨਸਿਕ ਤੌਰ ਤੇ ਇੱਥੇ ਖੜੇ ਨੇ ਉਹ ਮੇਰੇ ਨਾਲ ਵੀ ਉਹ ਮਤਲਬ ਇਸ ਗੱਲ ਚ ਆ ਜਾਂਦੇ ਨੇ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਗੁੱਸਾ ਕਰਦਾ ਹੁਣ ਮੈਨੂੰ ਗੁੱਸਾ ਨਹੀਂ ਆਉਂਦਾ ਹੁਣ ਉਹਨਾਂ ਤੇ ਮੇਰੇ ਤਰਸ ਆਉਣ ਲੱਗ ਗਿਆ ਹਾਂ ਤਰਸ ਇਸ ਕਰਕੇ ਆਉਂਦੇ ਮੈਂ ਕਹਿੰਦੇ ਵੀ ਕਮਾਲ ਕਰਤੀ ਲਾਡ ਮਕਾਲੇ ਨੇ ਮੈਂ ਸਾਰਾ ਜਿਹੜਾ ਹਿੰਦੁਸਤਾਨ ਹੈ ਇੱਕ ਮਹਾ ਖੁੱਚ ਥੱਲੋਂ ਨਹੀਂ ਕੱਢਦਾ ਸਹੀ ਹੈ ਜਿਵੇਂ ਕਹਿੰਦਾ ਲੱਤ ਥੱਲੋਂ ਨਹੀਂ ਕੱਢਦਾ ਹੁਣ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਉਹਨਾਂ ਦੇ ਸੱਭਿਆਚਾਰ ਦੇ ਗੁਲਾਮ ਹਾਂ ਬਿਲਕੁਲ ਠੀਕ ਹੈ ਹਾਂ ਹੁਣ ਮੈਨੂੰ ਉਹਨਾਂ 'ਤੇ ਤਰਸ ਆਉਂਦਾ ਅੱਗੇ ਮੈਂ ਕ੍ਰੋਧ ਕਰਦਾ ਸੀ ਪਰ ਇਹ ਵੀ ਮੇਰੇ ਕਾਫੀ ਮੇਰੇ ਗਲਤੀ ਪੈਂਦੇ ਅਫਸਰ ਵੀ ਗਲ ਪੈਂਦੇ ਕੋਰਟਾਂ ਜਾਂਦਾ ਉੱਥੇ ਵੀ ਗਲ ਪੈ ਜਾਂਦੇ ਸੀਨੀਅਰ ਅਫਸਰ ਪੈ ਹੀ ਜਾਂਦੇ ਅਕਸਰ ਪਰ ਮੈਂ ਥੋੜ੍ਹਾ ਜਿਹਾ ਢਿੱਡ ਸੀ ਇੱਕ ਮੇਰੀ ਉਹਨਾਂ ਨਾਲੋਂ ਜਿਹੜੀ ਨਾ ਵਿੱਦਿਆ ਵੱਧ ਸੀ ਆਮ ਅਫਸਰ ਕੀ ਕਰਦਾ ਕੋਈ ਬੀ ਏ ਕਰ ਲੈਂਦਾ ਇੱਕ ਅੱਧੀ ਮਰ ਚੜ ਕੇ ਐੱਮ ਏ ਕਰ ਲੈਂਦਾ ਉਸ ਤੋਂ ਬਾਅਦ ਪੜ੍ਹਨਾ ਛੱਡ ਦਿੰਦਾ ਅਫਸਰ ਜਦੋਂ ਅਫਸਰ ਬਣ ਜਾਂਦਾ ਪੜ੍ਹਦਾ ਘੱਟ ਹੈ ਫਿਰ ਮੁਫਤ ਦੀਆਂ ਸ਼ਰਾਬਾਂ ਪੀਣ ਲੱਗ ਜਾਂਦਾ ਕਲੱਬਾਂ ਵਿੱਚ ਬਹਿ ਕੇ ਹੀ ਹੀ ਹਾ ਹਾਓ ਕਰੀ ਜਾਂਦੇ ਨੇ ਕੰਮ ਕੁੰਮ ਨਹੀਂ ਕਰਦੇ ਨਾ ਕੰਮ ਕਰਦੇ ਆ ਨਾ ਪੜ੍ਹਦੇ ਆ ਅਤੇ ਫਿਰ ਉਹ ਮੇਰੇ ਨਾਲ ਜਦੋਂ ਪੰਗਾ ਪੈਂਦਾ ਮੇਰੇ ਕੋਲ ਉਹਨਾਂ ਦੇ ਨਾਲ ਜਿਹੜੀ ਵਿੱਦਿਅਕ ਯੋਗਤਾ ਸੀ ਨਾ ਉਹ ਵੱਧ ਸੀ ਅੱਛਾ ਉਹ ਜਦੋਂ ਕਿਤੇ ਮਾੜਾ ਮੋਟਾ ਵਿੱਦਿਅਕ ਯੋਗਤਾ ਨੂੰ ਦੱਸਦਾ ਜੀ ਮੈਂ ਇਹਨਾਂ ਇਹਨਾਂ ਚੀਜ਼ਾਂ 'ਚ ਪੰਗਾ ਲਿਆ ਹੋਇਆ ਅਤੇ ਉਹ ਫਿਰ ਜਿਹੜੀ ਉਹਨਾਂ ਦੀ ਜ਼ਬਾਨ ਹੈ ਅਤੇ ਕੁਰਖਤਪਣਾ ਹੈ ਉਹ ਥੋੜ੍ਹਾ ਜਿਹਾ ਘੱਟ ਜਾਂਦਾ ਠੀਕ ਹੈ ਤੇ ਇਸ ਕਰਕੇ ਨਾ ਮੈਂ ਤਾਂ ਮਨਜ਼ੂਰ ਹੋ ਗਿਆ ਉਹਨਾਂ ਨੂੰ ਐਂ ਲੱਗਦਾ ਹੋਣਾ ਨਾ ਵੀ ਕੁੜਤਾ ਜਾ ਪਾਇਆ ਵੀ ਹਾਂ ਵੀ ਚਲੋ ਅਸੀਂ ਸਨਾਪਰ ਦੇ ਬੰਦੇ ਪੜ੍ਹੇ ਆ ਮੈਂ ਕਹਿੰਦਾ ਵੀ ਜਿਹੜਾ ਅੰਗਰੇਜ਼ੀ ਪੜ੍ਹਿਆ ਹਿੰਦੁਸਤਾਨ ਦਾ ਜੰਪਰ ਉਹਨਾਂ ਨੇ ਨਾ ਤਾਂ ਚੰਗਾ ਵਿਦਵਾਨ ਪੈਦਾ ਕੀਤਾ ਹਾਂ ਵੇਖੋ ਜਿਹਾ ਕੀਤਾ ਤਾਂ ਨਾ ਉਹਨਾਂ ਨੇ ਦਾਰਸ਼ਨਿਕ ਪੈਦਾ ਕੀਤਾ ਠੀਕ ਹੈ ਨਾ ਸਿੱਖਿਆ ਸ਼ਾਸਤਰੀ ਪੈਦਾ ਕੀਤਾ ਬਿਲਕੁਲ ਠੀਕ ਹੈ ਦੱਸਦੇ ਜੀ ਕੋਈ ਪੈਦਾ ਕੀਤਾ ਨਾ ਕੋਈ ਵਧੀਆ ਕਾਨੂੰਨਦਾਰ ਪੈਦਾ ਕੀਤਾ ਠੀਕ ਹੈ ਨਾ ਵਿਗਿਆਨੀ ਪੈਦਾ ਕੀਤਾ ਫਿਰ ਉਹਨਾਂ ਨੇ ਪੈਦਾ ਕੀ ਕੀਤਾ ਹਾਂ ਟੁਕੜ ਬੋਝ ਬਿਊਰੋਕਰੇਸੀ ਹਾਂ ਸਹੀ ਹੈ ਉਹਦੇ ਪਰ ਲੈ ਕੀ ਹੈ ਕਰਪਸ਼ਨ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਅੰਗਰੇਜ਼ੀ ਦੇ ਹਾਮੀ ਹੈ ਪਹਿਲਾਂ ਅਰਬੀ ਫਾਰਸੀ ਦੇ ਹਾਮੀ ਸੀ ਪੱਲੇ ਕੁਛ ਹੈ ਨਹੀਂ ਤਾਂ ਹੀ ਲੋਕ ਰੋਂਦੇ ਆ ਤਾਂ ਹੀ ਲੋਕ ਰੋਂਦੇ ਆ ਇਹਨਾਂ ਤੋਂ ਡਰਨਾ ਕਾਹਦਾ ਇਹਨਾਂ ਨੂੰ ਸਮਾਂ ਤਾੜੋ ਤੈਨੂੰ ਪਤਾ ਲੱਗੇ ਵੀ ਲੋਕਾਂ ਦੇ ਨੇੜੇ ਆਉਣ ਤੁਸੀਂ ਫਰਾਂਸ 'ਚ ਜਾਓ ਆਪਦੇ ਭੇਸ 'ਚ ਹੈਗੇ ਕਿ ਨਹੀਂ ਆਪਦੀ ਭਾਸ਼ਾ ਬੋਲਦੇ ਆ ਕਿ ਨਹੀਂ ਜਰਮਨ 'ਚ ਜਾਓ ਆਪਦੀ ਭਾਸ਼ਾ ਬੋਲਦੇ ਆ ਕਿ ਨਹੀਂ ਸਪੇਨ 'ਚ ਜਾਓ ਆਪਦੀ ਭਾਸ਼ਾ ਬੋਲਦੇ ਆ ਕਿ ਪਿਆਰ ਕਰਦੇ ਉਹਨਾਂ ਨਾਲ ਜਾਓ ਆਪਦੀ ਭਾਸ਼ਾ ਬੋਲਦੇ ਆ ਕਿ ਨਹੀਂ ਰੂਸ 'ਚ ਜਾਓ ਬੋਲਦੇ ਆ ਕਿ ਨਹੀਂ ਚੀਨ 'ਚ ਜਾਓ ਬੋਲਦੇ ਆ ਕਿ ਨਹੀਂ ਲੰਕਾ 'ਚ ਜਾਓ ਬੋਲਦੇ ਆ ਕਿ ਨਹੀਂ ਅਰਬਾਂ 'ਚ ਜਾਓ ਬੋਲਦੇ ਆ ਕਿ ਨਹੀਂ ਆਪਣੇ ਨਹੀਂ ਬੋਲਦੇ ਅਸੀਂ ਆ ਵੱਡੇ ਖੱਬੀ ਖਾਂ ਕਮਾਲ ਆ ਕੰਮ ਕੋਈ ਕਰਨਾ ਨਹੀਂ ਆਪਦੇ ਗਰੀਬਾਂ ਨੂੰ ਗਾਲਾਂ ਦੇਣਾ ਲੋਕਾਂ ਤੋਂ ਡਰਨਾ ਵੀ ਇਹਨਾਂ ਦੇ ਪੈਂਟ ਕੋਟ ਪਾਇਆ ਜੀ ਇਹਨਾਂ ਦੇ ਅੱਜਕੱਲ੍ਹ ਤੇਰੇ ਪਜਾਮਾ ਪਾਇਆ ਜੀ ਇੱਕ ਗੱਲ ਹੈ ਮੈਂ ਕਿਹਾ ਵੀ ਇਹ ਨਹੀਂ ਕੰਮ ਹੋਣ ਲੱਗਿਆ ਹੋਰ ਜੋ ਮਰਜ਼ੀ ਹੋ ਜੇ ਹੁਣ ਮੈਂ ਥੋੜ੍ਹੀ ਜਿਹੀ ਮੈਨੂੰ ਮਾਨਤਾ ਮਿਲ ਗਈ ਇੱਕ ਪਿੱਛੇ ਇੱਕ ਮਦਰਾਸ ਨੇ ਕਾਨੂੰਨ ਬਣਾਤਾ ਠੀਕ ਹੈ ਇੱਕ ਧੋਤੀ ਵਾਲੇ ਬੰਦਾ ਕਲੱਬ 'ਚ ਗਿਆ ਅੱਛਾ ਅਤੇ ਉਹਨੂੰ ਕਲੱਬ 'ਚ ਵੜਨਾ ਦਿੱਤਾ ਉਹ ਜੈਲਲਤਾ ਕੋਲ ਆਇਆ ਜੈਲਲਤਾ ਨੇ ਕਾਨੂੰਨ ਬਣਾਤਾ ਉਹਦੇ ਪਹਿਲੇ ਮੈਂ ਤੁਹਾਨੂੰ ਲਫ਼ਜ਼ ਦੱਸਦਾ ਪੰਜਾਬੀ 'ਚ ਉਹਨੇ ਲਿਖਿਆ ਵੀ ਕੋਈ ਵੀ ਬੰਦਾ ਜਿਹਦੇ ਧੋਤੀ ਲੁੰਗੀ ਵੇਸਟੀ ਅੱਛਾ ਜੇ ਉਸਨੂੰ ਕਿਸੇ ਕਲੱਬ 'ਚੋਂ ਕਿਸੇ ਪੱਬ 'ਚੋਂ
ਕਿਸੇ ਹਾਲ ਚੋਂ ਕਿਸੇ ਮਾਲ ਤੋਂ ਕਿਸੇ ਸਟੇਡੀਅਮ ਚੋਂ ਕਿਸੇ ਥੀਏਟਰ ਤੋਂ ਜਾਂ ਪਬਲਿਕ ਪਲੇਸ ਤੇ ਜਾਣ ਤੋਂ ਰੋਕਿਆ ਜਾਂ ਟੋਕਿਆ ਉਹਨੂੰ ਇੱਕ ਸਾਲ ਦੀ ਕੈਦ ਤੇ 20,000 ਰੁਪਇਆ ਜੁਰਮਾਨਾ। ਹੁਣ ਰੇਪ ਪਜਾਮੇ ਵਾਲਾ ਤੇ ਪੈਂਟ ਕੋਟ ਵਾਲਾ ਬੰਦਾ ਨਾ ਤਾਂ ਇੱਕ ਸਾਲ ਦੀ ਕੈਦ ਕੱਟ ਸਕਦਾ ਤੇ ਕਿਸੇ ਨੂੰ ਟੋਕਣ ਬਦਲੇ ਤੇ ਨਾ 20,000 ਰੁਪਇਆ ਜੁਰਮਾਨਾ ਭਰ ਸਕਦਾ। ਵੈਸੇ ਡਰ ਜਾਂਦੇ, ਹਾਂਜੀ ਪੈਸਾ ਵੀ ਨਹੀਂ ਲੈਣਾ ਤਾਂ ਜੁਰਮਾਨਾ ਦੇਣਾ ਉਦੋਂ ਔਖਾ ਤੇ ਕੈਦ ਬਿਲਕੁਲ ਨਹੀਂ ਕੱਟੀ ਜਾ ਸਕਦੀ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਕਾਫੀ ਤਗੜਾ ਗਿਆ ਤੇ ਮੈਂ ਪਤਲੂਨ ਵਾਲਿਆਂ ਨੂੰ ਕਹਿੰਦਾ ਵੇਖ ਲਓ ਕੈਦ ਨੂੰ ਥਾਂ ਹੋਈ, ਤੁਸੀਂ ਰੋਕ ਤੇ ਟੋਕ ਵੀ ਨਹੀਂ ਸਕਦੇ ਜੇ ਤੁਸੀਂ ਇਹੀ ਕਹਿੰਦਾ ਵੀ ਇਹਨੇ ਮੈਨੂੰ ਜੀ ਟੋਕਿਆ। ਅਧਿਕਾਰ ਹੀ ਥੋੜਾ ਖਤਮ ਹੈ, ਸਾਰੇ ਹਿੰਦੁਸਤਾਨ ਤੇ ਕਾਨੂੰਨ ਲਾਗੂ ਹੁੰਦਾ, ਇਸ ਕਰਕੇ ਉਦੋਂ ਦੇ ਥੋੜਾ ਜਿਹਾ ਢਿੱਲੇ ਹੋਏ ਨੇ। ਠੀਕ ਹੈ। ਤੇ ਮੈਂ ਹੁਣ 55 ਮਤਲਬ 70 ਸਾਲ ਦੀ ਉਮਰ ਦਾ, 50 ਕਿਲੋ ਭਾਰ ਹੈ, 5 ਫੁੱਟ ਆਪਣਾ ਕੱਦ ਹੈ। ਹੁਣ ਆਪਾਂ ਥੋੜਾ ਜਿਹਾ ਸੌਖੇ ਜਿਉਣ ਲੱਗ ਗਏ, ਇਹਨਾਂ ਦੀਆਂ ਮਾਰਾਂ ਮੂਰਾਂ ਆਪਾਂ ਚੱਲ ਗਏ। ਠੀਕ ਹੈ। ਇਸ ਕਰਕੇ ਆਪਾਂ ਨੂੰ ਹੁਣ ਚਿੰਤਾ ਘੱਟ, ਪੜ੍ਹ ਲਿਖ ਕੇ ਨੌਕਰੀ ਲੱਗ ਗਏ। ਪੜ੍ਹ ਲਿਖ ਕੇ ਨੌਕਰੀ ਲੱਗ ਗਏ, ਵਧੀਆ ਹੋ ਗਿਆ। ਪਰ ਫਿਰ ਉਸ ਤੋਂ ਬਾਅਦ ਫਿਰ ਇਹ ਕਿਵੇਂ ਹੋ ਗਿਆ, ਕਿੰਨੀਆਂ ਐਮਏ ਕੀਤੀਆਂ ਤੁਸੀਂ? ਮੈਂ ਵੀ ਨਾ ਉਦੋਂ ਮੈਂ ਅੰਗਰੇਜ਼ੀ ਤੇ ਪੰਜਾਬੀ ਸੀ ਕਿ 2, ਫਿਰ ਮੈਂ ਫਿਲਾਸਫੀ ਸਾਈਕੋਲੋਜੀ ਸੋਸ਼ੀਓਲੋਜੀ ਇਹ ਪੜ੍ਹਿਆ। ਉਸ ਤੋਂ ਬਾਅਦ ਵਿੱਚ ਮੈਂ ਕੰਪੈਰੇਟਿਵ ਸਟੱਡੀ ਆਫ ਦੀ ਵਰਲਡ ਰਿਲੀਜਨ ਪੜ੍ਹੀ, ਇਕਨੋਮਿਕਸ, ਪੋਲੀਟੀਕਲ ਸਾਇੰਸ ਅਤੇ ਹਿਸਟਰੀ ਪੜ੍ਹਿਆ, ਇਹ ਪੜ੍ਹਿਆ। ਮੈਂ ਮਤਲਬ 11 ਸਬਜੈਕਟ ਲਗਾਤਾਰ ਰਾਊਂਡ ਦੀ ਕਲੋਕ ਮੈਂ 8 ਘੰਟੇ ਪੜ੍ਹਨਾ ਹੀ ਪੜ੍ਹਨਾ, 8 ਘੰਟੇ ਮੈਂ ਸੌਣਾ, 20 ਕਿਲੋਮੀਟਰ ਮੈਂ ਤੁਰਨਾ ਰੋਜ਼। ਅੱਛਾ। ਅਤੇ ਦੂਜੀ ਜਿਹੜਾ ਬਚਦਾ ਮੈਂ ਪੜ੍ਹਨਾ। ਨਹੀਂ ਜੀ, ਇਹਨਾਂ ਨੂੰ ਨਾ ਸਕੂਟਰ ਚਲਾਉਣਾ ਆਉਂਦਾ, ਨਾ ਮੈਂ ਸਕੂਟਰ ਤੇ ਚੜਾ, ਨਾ ਕਾਰ ਤੇ ਚੜਾ, ਨਾ ਜੀਪ ਤੇ ਚੜਾ, ਆਪਾਂ ਰੱਖੇ ਹੀ ਨਹੀਂ ਕਰੇ, ਜਿੱਥੇ ਜਾਣਾ ਤੁਰ ਕੇ। ਠੀਕ ਹੈ। ਲੱਗਦੇ ਨਹੀਂ ਵੀ ਮੈਂ ਤੁਰਿਆ ਫਿਰਦਾ ਜਾਂ ਥੱਕ ਗਏ ਜਾਂ ਅੱਕ ਗਏ। ਹੁਣ ਵੀ ਅਸੀਂ ਸਵੇਰ ਦੇ ਦੋਵੇਂ ਤੁਰੇ ਫਿਰਦੇ ਜਾਂਦੇ ਹਾਂ ਤੁਹਾਡੇ ਘਰੇ। ਪਿਛਲਾ ਬੰਦਾ ਮੈਨੂੰ ਤੁਰਿਆ ਜਾਂਦਾ ਹੋਵਾਂ, ਪਿਛਲਾ ਬੰਦਾ ਮੈਨੂੰ ਰਲ ਕੇ ਕ੍ਰੋਸ ਨਹੀਂ ਕਰ ਸਕਦਾ, ਭਾਵੇਂ ਜਿੰਨਾ ਮਰਜ਼ੀ ਮਾਂ ਦਾ ਦੁੱਧ ਪੀਤਾ ਹੋਵੇ। ਪਿਛਲਾ ਬੰਦਾ ਜਿਹੜਾ ਮੇਰੇ ਪਿੱਛੇ ਤੁਰਿਆ ਹੁੰਦਾ, ਭਾਵੇਂ ਜਿੰਨਾ ਮਰਜ਼ੀ ਮਾਂ ਦਾ ਦੁੱਧ ਪੀਤਾ ਹੋਵੇ, ਕਿਸੇ ਨਾਲ ਕਿਤੇ ਫੰਕਸ਼ਨ ਤੇ ਲੈ ਗਏ ਜਾਂ ਆਪਣੇ ਸਕੂਲ ਕਾਲਜ, ਉਹਨਾਂ ਨੇ ਨੀ ਕਿਹਾ ਵੀ ਸਾਡੀ ਬੇਇੱਜ਼ਤੀ ਹੁੰਦੀ? ਠੀਕ ਹੈ। ਪੜ੍ਹਿਆ ਲਿਖਿਆ ਬੰਦਾ, ਕੋਟ ਪੈਂਟ ਪਾਇਆ ਬੰਦਾ, ਉਹਨੂੰ ਐ ਲੱਗਦਾ ਵੀ ਇਹ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੋਣਾ, ਕੁੜਤਾ ਪਜਾਮਾ ਪਾਇਆ। ਠੀਕ ਹੈ। ਤੇ ਅੱਗੋਂ ਤੁਸੀਂ, ਕਿਉਂਕਿ ਜਿੰਨੀਆਂ ਤੁਸੀਂ ਆਪਣੀ ਐਜੂਕੇਸ਼ਨ ਦੱਸੀ ਹੈ ਤੁਸੀਂ ਰਹੇ ਹੋ, ਉਹਨੂੰ ਅੱਗੇ ਅੰਗਰੇਜ਼ੀ ਜੀ ਤੁਸੀਂ ਕੋਈ ਜਵਾਬ ਕਰਤਾ ਹੋਵੇ, ਜਵਾਬ ਸਵਾਲ ਪਰ ਅਸੀਂ ਭਾਰਤੀ ਦੀ ਬੰਦੇ ਨਾਲ ਅੰਗਰੇਜ਼ੀ ਨਹੀਂ ਬੋਲਦੇ। ਅੱਛਾ। ਅਸੀਂ ਹਿੰਦੀ ਬੋਲ ਸਕਦੇ ਹਾਂ, ਪੰਜਾਬੀ ਬੋਲ ਸਕਦੇ ਹਾਂ, ਉਰਦੂ ਬੋਲ ਸਕਦੇ ਹਾਂ, ਸੰਸਕ੍ਰਿਤ 'ਚ ਵੀ ਭਕਾਈ ਮਾਰ ਸਕਦੇ ਹਾਂ, ਅਸੀਂ ਕੋਈ ਗੱਲ ਨਹੀਂ। ਰਾਜਸਥਾਨ ਜਾਈਏ ਤਾਂ ਅਸੀਂ ਰਾਜਸਥਾਨ ਨਹੀਂ ਬੋਲਣ ਲੱਗ ਜਾਂਦੇ ਹਾਂ, ਹਰਿਆਣੇ ਜਾਈਏ ਤਾਂ ਥਾਰੋ ਕੇ ਦੁੱਖ ਹੈ, ਸਾਡੇ ਨਾਲ ਬੋਲਣ ਲੱਗ ਜਾਂਦੇ। ਮੈਨੂੰ ਸਕੂਲ 'ਚ ਅੰਗਰੇਜ਼ੀ ਵਾਲੀ ਮੈਡਮ ਕਹਿੰਦੀ ਸੀ ਜੇ ਤੈਨੂੰ ਇੰਗਲਿਸ਼ ਆ ਗਈ ਨਾ ਬੋਲਣੀ ਤਾਂ ਤੂੰ ਕਿਸੇ ਤੋਂ ਮਾਰ ਨਹੀਂ ਖਾ ਸਕਦਾ। ਉਹ ਵਿਚਾਰਿਆਂ ਨੂੰ ਭੁਲੇਖਾ ਸੀਗਾ, ਅਸਲ 'ਚ ਇਹ ਵੀ ਜਦੋਂ ਤੁਹਾਨੂੰ ਅੰਗਰੇਜ਼ੀ ਪਾਈ ਮਾਰ ਹੀ ਤੁਹਾਡੇ ਤੋਂ ਉੱਤੇ ਪੈਣ ਲੱਗੀ। ਅੱਛਾ। ਹਾਂ, ਜਦੋਂ ਤੁਸੀਂ ਅੰਗਰੇਜ਼ਾਂ ਦੇ ਥੱਲੇ ਆ ਗਏ, ਉਹਨਾਂ ਨੇ ਤੁਹਾਡਾ ਨਾਲੇ ਤਾਂ ਭੇਸ ਖੋਲਿਆ, ਨਾਲੇ ਭਾਸ਼ਾ ਖੋਲੀ, ਨਾਲੇ ਜਜ਼ਬਾਤ ਖੋਲੇ, ਨਾਲੇ ਪਛਾਣ ਖੋਲੀ, ਤੇ 48 ਟ੍ਰਿਲੀਅਨ ਡਾਲਰ ਦੀ ਤੁਹਾਡੇ 'ਤੇ ਉਹਨਾਂ ਨੇ ਲੁੱਟ ਮਚਾਈ। ਇੱਕ ਕਿਤਾਬ ਹੈ ਵਿਲੀਅਮ ਡਾਲ ਰਿੰਪਲ। ਠੀਕ ਹੈ। ਅਨਾਰਕੀ ਉਹ ਕਿਤਾਬ ਪੜ੍ਹੋ, ਤੁਹਾਨੂੰ ਫਿਰ ਪਤਾ ਲੱਗੂਗੀ ਵੀ ਇਹਨਾਂ ਪੈਂਟਾਂ ਕੋਟਾਂ ਵਾਲਿਆਂ ਨੇ ਅਤੇ ਕਾਰਪੋਰੇਟ ਸੈਕਟਰ ਨੇ ਤੁਹਾਡਾ ਮਾਂਜਾ ਕਿਵੇਂ ਫੇਰਿਆ। ਵਾਹ ਕਹਿੰਦਾ ਅੰਗਰੇਜ਼ ਨੇ ਹੀ ਲਿਖਿਆ ਵੀ ਮੈਂ ਹਿੰਦੁਸਤਾਨ ਦੇ ਇੱਕ ਕੋਨੇ ਤੋਂ ਲੈ ਕੇ ਦੂਜਾ ਕੋਨੇ ਤੱਕ ਮੈਂ ਤੁਰ ਕੇ ਵੇਖਿਆ, ਮੈਨੂੰ ਇੱਥੇ ਕੋਈ ਚੋਰ, ਠੱਗ, ਬਦਮਾਸ਼ ਕੋਈ ਬੰਦਾ ਨਹੀਂ ਮਿਲਿਆ, ਕਿਉਂਕਿ ਇਹਨਾਂ ਦਾ ਸੱਭਿਆਚਾਰ ਹੀ ਇੰਨੇ ਤਕੜਾ ਅਤੇ ਇਹਨਾਂ ਨੂੰ ਸਾਡੀ ਬਿਲਕੁਲ ਲੋੜ ਨਹੀਂ। ਜੇ ਸਭ ਤੋਂ ਪਹਿਲਾਂ ਸਾਡੀ ਲੋੜ ਬਣਾਓ ਇਹਨਾਂ ਨੂੰ, ਠੀਕ ਹੈ, ਅਤੇ ਲੋੜ ਤਾਂ ਬਣੂ ਅਸੀਂ ਇਹਨਾਂ 'ਤੇ ਆਪਦੀ ਭਾਸ਼ਾ 'ਤੇ ਭੇਸ ਲੱਦੀਏ। ਫਿਰ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਨੂੰ ਅੰਗਰੇਜ਼ੀ ਪੜ੍ਹਾ ਦਿੱਤਾ ਜਾਵੇ, ਇਫ ਦੀ ਇੰਡੀਅਨਸ ਆਰ ਟਾਟ ਥਰੂ ਦੀ ਮੀਡੀਅਮ ਆਫ ਇੰਗਲਿਸ਼, ਜੇ ਅੰਗਰੇਜ਼ੀ ਦੇ ਮਾਧਿਅਮ ਦੇ ਰਾਹੀਂ ਇਹਨਾਂ ਨੂੰ ਪੜ੍ਹਾਇਆ ਜਾਵੇ ਤਾਂ ਇੱਕ ਦਿਨ ਆਵੇਗਾ ਕਿ ਇਹਨਾਂ ਦੀ ਭਾਸ਼ਾ, ਭੇਸ, ਭੋਜਨ, ਜਜ਼ਬਾਤ, ਆਦਤਾਂ ਸਾਰੀਆਂ ਅੰਗਰੇਜ਼ੀ ਹੋ ਜਾਣਗੀਆਂ, ਸਿਰਫ ਇਕੱਲਾ ਰੰਗ ਕਾਲਾ ਭਾਰਤੀ ਰਹੂ। ਅੱਜ ਇਕੱਲਾ ਰੰਗ ਕਾਲਾ ਭਾਰਤੀ ਰਹਿ ਗਿਆ, ਦੂਜਾ ਤਾਂ ਸਾਰਾ ਅੰਗਰੇਜ਼ ਬਣਾ ਦਿੱਤਾ, ਇਹ ਉਹਨਾਂ ਦਾ ਵਿਜ਼ਨ ਸੀ। ਉਹ ਸਕਸੈਸਫੁਲ ਹੋ ਗਏ, ਉਹ ਸਕਸੈਸਫੁਲ ਹੋ ਗਏ। ਅਸੀਂ ਹਜ਼ੂਰ ਜਨਾਬ ਸਾਹਿਬ ਸਾਹਿਬ ਬਹਾਦਰ ਮੀ ਲਾਰਡ ਯੋਰ ਓਨਰ ਹਰ ਹਾਈਨੈਸ ਕਹਿੰਦੇ ਇੱਥੇ ਰਹਿ ਗਏ, ਸਾਡੇ ਪੱਲੇ ਕੱਖ ਨਹੀਂ।
ਸਾਡਾ ਜਿਹੜਾ ਬੌਧਿਕ ਜਿਹੜਾ ਵਿਕਾਸ ਰੁਕ ਗਿਆ ਸਮਾਂ ਸਾਡਾ ਬੌਧਿਕ ਦਿਵਾਲੀਆ ਨਿਕਲ ਗਿਆ ਤੇ ਅਸੀਂ ਬਾਹਰ ਜਾਂਦੇ ਹਾਂ ਕੋਈ ਬਲੱਡੀ ਇੰਡੀਅਨ ਕਹਿੰਦਾ ਕਹਿੰਦੇ ਕਿ ਨਹੀਂ ਕੋਈ ਬਲੱਡੀ ਪਾਕੀ ਕਹਿੰਦਾ ਸਾਡੇ ਕੋਲੇ ਦੁਨੀਆਂ ਦੀਆਂ ਕੌਮਾਂ ਸਾਡੇ ਕੋਲੇ ਵਪਾਰ ਕਰਨ ਆਉਂਦੀਆਂ ਸੀ ਇੰਗਲੈਂਡ ਨੂੰ ਅਸੀਂ ਸੱਦਿਆ ਨਹੀਂ ਸਾਡੇ ਕੋਲੇ ਆਏ ਸੀ ਜਰਮਨ ਨੂੰ ਅਸੀਂ ਸੱਦਿਆ ਨਹੀਂ ਸਾਡੇ ਕੋਲੇ ਆਏ ਸੀ ਸਪੇਨ ਨੂੰ ਸੱਦਿਆ ਨਹੀਂ ਸੀ ਸਾਡੇ ਕੋਲੇ ਆਏ ਸੀ ਪੁਰਤਗਾਲ ਨੂੰ ਸੱਦਿਆ ਨਹੀਂ ਸੀ ਸਾਡੇ ਕੋਲੇ ਆਏ ਸੀ ਸਾਡੇ ਕੋਲੇ ਰਿਸ਼ਤਾ ਕਰਨ ਆਏ ਸੀ ਕਿਉਂਕਿ ਸਾਡੇ ਕੋਲੇ ਜਾਨ ਸੀ ਸਾਡੇ ਕੋਲੇ ਕੰਮ ਸੀ ਅਨਾਜ ਸੀ ਫਲ ਸੀ ਇੰਡਸਟਰੀ ਸੀ ਜਿਹੜਾ ਕੱਪੜੇ ਦਾ ਵਪਾਰ ਸਾਡੇ ਕੋਲੇ ਸੀਗਾ ਉੱਥੋਂ ਪੈਸੇ ਕਮਾਉਂਦੇ ਸੀਗੇ ਤਾਂ ਆਏ ਸੀ ਉਹ ਗੱਲ ਵੱਖਰੀ ਆ ਕਿ ਸਾਡੀ ਰਾਜਕਰਤਾ ਸ਼੍ਰੇਣੀ ਜਿਹੜੇ ਰਾਜੇ ਫਿਊਡਲ ਰਾਜੇ ਸੀ ਨਾਲ ਮਿਲ ਗਏ ਉਹਨਾਂ ਨੇ ਸਾਡਾ ਸਾਥ ਨਾ ਦੇ ਕੇ ਉਹਨਾਂ ਦਾ ਸਾਥ ਦੇ ਕੇ ਦੇਸ਼ ਦਾ ਸਤਿਆਨਾਸ਼ ਕਰਾਂਦਾ ਦੇਸ਼ ਗੁਲਾਮ ਕਰਤਾ ਦੇਸ਼ ਗੁਲਾਮ ਕਰਤਾ ਦੁਨੀਆਂ ਦਾ ਦੁਨੀਆਂ ਦਾ ਚੀਨ ਤੇ ਭਾਰਤ ਨੂੰ ਛੱਡ ਕੇ ਕੋਈ ਦੇਸ਼ ਨਾ ਵੱਡਾ ਨਹੀਂ ਸੀ ਕਿਉਂਕਿ ਜਦੋਂ ਤੱਕ ਇਹ ਆਏ ਸੀ ਉਦੋਂ ਤੱਕ ਨਾ ਤਾਂ ਅਮਰੀਕਾ ਸੀ ਕਿਤੇ ਨਾ ਇੰਗਲੈਂਡ ਸੀ ਨਾ ਬ੍ਰਾਜ਼ੀਲ ਸੀ ਨਾ ਆਸਟ੍ਰੇਲੀਆ ਦਾ ਪਤਾ ਸੀ ਨਾ ਨਿਊਜ਼ੀਲੈਂਡ ਦਾ ਪਤਾ ਸੀ ਚੀਨ ਭਾਰਤ ਤੇ ਰੂਸ ਠੀਕ ਹੈ ਤਿੰਨ ਦੇਸ਼ ਸੀ ਰੂਸ ਨੂੰ ਕੋਈ ਪੁੱਛਦੇ ਨਹੀਂ ਸੀ ਸਾਰਾ ਬਰਫ਼ ਦਾ ਟਕਿਆ ਸੀ ਫਿਰ ਰਹਿ ਗਿਆ ਸੀ ਚੀਨ ਤੇ ਭਾਰਤ ਸਾਡੇ ਨਾਲ ਹੀ ਸਭ ਕੁਛ ਹੁੰਦਾ ਸੀ ਅੱਜ ਅਸੀਂ ਗੁਲਾਮ ਹੋ ਗਏ ਅੱਜ ਅਸੀਂ ਨਿਕੰਮੇ ਹੋ ਗਏ ਕਿਉਂ ਲੋਕ ਨਹੀਂ ਨਿਕੰਮੇ ਲੋਕ ਤਾਂ ਭਾਈ ਲਾ ਲਓ ਕਿਰਤ ਦੇ ਬੰਦੇ ਨੇ ਬਾਬੇ ਦੇ ਨਾਨਕ ਦੇ ਆਖਣ ਦੇ ਰਾਜੇ ਸ਼ੀ ਤੇ ਮੁਕੱਦਮ ਕੁੱਤਿਆਂ ਨੇ ਮਰਵਾਇਆ ਆਪਾਂ ਨੂੰ ਬਾਬੇ ਨਾਲ ਕਹਿ ਦੋ ਕਿਵੇਂ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਨ ਬੈਠੇ ਸੁੱਤੇ ਚਾਕਰ ਨੂੰ ਦਾ ਪੈਂਦਾ ਕਾਓ ਰੱਤ ਪਿੱਤ ਕੁੱਤਿਓ ਚੱਟ ਲੈ ਜਾਓ ਇਹ ਬਾਬੇ ਨਾਨਕ ਨੇ ਕਿਹਾ ਫਿਰ ਕਿਹਾ ਖੱਤਰੀਆਂ ਤੇ ਧਰਮ ਛੋੜਿਆ ਮਲੇਸ਼ ਭਾਖਿਆ ਗਈ ਮਲੇਸ਼ ਭਾਖਿਆ ਕਿਹੜੀ ਸੀ ਅਰਬੀ ਫਾਰਸੀ ਉਹਨਾਂ ਨੂੰ ਮਲੇਸ਼ਾਂ ਦੀ ਭਾਸ਼ਾ ਇਹ ਸੀ ਉਹ ਵੀ ਅਸੀਂ ਅਪਣਾ ਲਈ ਪੜ੍ਹੇ ਫਾਰਸੀ ਵੇਚੇ ਤੇਲ ਦੇਖੋ ਕਿਸਮਤ ਦੇ ਖੇਲ ਫਾਰਸੀ ਪੜ੍ਹੇ ਤੇਲ ਵੇਚਦੇ ਫਿਰਦੇ ਸੀ ਹੁਣ ਜਿਵੇਂ ਅੰਗਰੇਜ਼ ਪੜ੍ਹਦੇ ਤਾਂ ਅੰਗਰੇਜ਼ੀ ਜਾਂ ਰਕਸ਼ਾ ਖਿੱਚੀ ਫਿਰਦੇ ਕਿ ਨਹੀਂ ਬਿਲਕੁਲ ਇਹ ਸੀਗਾ ਇਸ ਕਰਕੇ ਸਾਡੇ ਲੋਕਾਂ 'ਚ ਬੜਾ ਕੁਛ ਸਾਡੀ ਰਾਜਕਾਰ ਦਾ ਸ਼੍ਰੇਣੀ ਨੇ ਮਰਵਾਇਆ ਅਸੀਂ ਜਦੋਂ ਚੇਤਨ ਹੋਵਾਂਗੇ ਸਾਰੇ ਬੰਦੇ ਆਪਦੀ ਭਾਸ਼ਾ ਨਾਲ ਆਪਣੇ ਭੇਸ਼ ਨਾਲ ਆਪਣੇ ਭਾਈਚਾਰਾ ਨਾਲ ਆਪਣੀ ਭਾਵਨਾਤਮਕ ਸੰਸਾਰ ਨਾਲ ਸਾਡੇ 'ਚ ਊਚ ਨੀਚ ਸਾਡੇ 'ਚ ਦੂਰ ਹੋਜੂ ਭਾਈਚਾਰਕ ਸਾਂਝ ਹੋਜੂ ਜਬ ਤੇ ਸਾਧ ਸੰਗਤ ਮੇ ਪਾਈ ਵਿਸਰ ਜਾਏ ਤਾਂ ਤਾਤ ਪਰਾਈ ਬਗਾਨਾ ਪੁਣ ਖਤਮ ਹੋ ਜਾਵੇ ਫਿਰ ਅਸੀਂ ਫਿਰ ਤਰੱਕੀਆਂ ਕਰ ਜਾਂਗੇ ਇਹ ਹੈ ਉੱਥੇ ਸਾਡਾ ਭਾਸ਼ਾ ਦਾ ਵੀ ਮਾਣ ਹੋਊ ਜਿਹੜੀ ਬਾਬੇ ਨਾਨਕ ਦੀ ਭਾਸ਼ਾ ਦੁਨੀਆਂ ਦੇ ਚਿੱਤਗੋੜ ਦੇ ਆਖਣ ਨੂੰ ਡਾਕਟਰ ਸਾਹਿਬ ਠੀਕ ਹੈ ਆਪਣੀ ਭਾਸ਼ਾ ਨੂੰ ਕਦੇ ਛੱਡਣਾ ਨਹੀਂ ਚਾਹੀਦਾ ਪਰਾਵੇ ਨੂੰ ਹੁਣ ਅਸੀਂ ਦੇਖਦੇ ਹਾਂ ਕੋਈ ਵੀ ਬੰਦਾ ਸਕੂਲ ਕਾਲਜ ਜਾਂਦਾ ਮੁੰਡਾ ਉਸ ਤੋਂ ਬਾਅਦ ਉਹਨੂੰ ਆਪਣੇ ਕਾਰੋਬਾਰ ਕਰਨਾ ਹੋਵੇ ਜਾਂ ਕਿਤੇ ਨੌਕਰੀ ਕਰਨੀ ਹੋਵੇ ਉਹਨੂੰ ਫਿਰ ਕਰਨਾ ਪੈਂਦਾ ਅੰਗਰੇਜ਼ੀ ਬੋਲਣੀ ਵੀ ਪੈਣੀ ਹੈ ਤੇ ਸਿੱਖਣੀ ਵੀ ਹਾਂ ਨਹੀਂ ਨਹੀਂ ਕਿਉਂਕਿ ਅੱਜ ਲੋੜ ਹੈ ਆਪਣੀ ਛੱਡਣੀ ਚਾਹੀਦੀ ਜ਼ਰੂਰ ਤੋਂ ਇਸ ਕਰਕੇ ਆ ਹਾਲ ਦੀ ਘੜੀ ਕਿ ਉਹਨਾਂ ਦੀ ਹੁਣ ਚੌਧਰ ਵੱਡੀ ਹੋ ਗਈ ਜਦੋਂ ਆਪਣੀ ਚੌਧਰ ਵੱਡੀ ਸੀ ਨਹੀਂ ਪਰ ਅੱਜ ਕੱਲ੍ਹ ਤਾਂ ਕਈ ਸਕੂਲ ਇਹੋ ਜਿਹੇ ਨੇ ਤੁਸੀਂ ਦੇਖਿਆ ਹੋਣਾ ਖਬਰਾਂ ਲੱਗਦੀਆਂ ਨੇ ਵੀ ਉੱਥੇ ਜੇ ਤੁਸੀਂ ਪੰਜਾਬੀ ਹਿੰਦੀ ਬੋਲੋਗੇ ਤਾਂ ਜੁਰਮਾਨੇ ਲੱਗ ਜਾਂਦੇ ਉਹ ਬੰਦਾ ਕਰੇਦਾ ਕੀ ਉਹਨੂੰ ਮਜਬੂਰ ਹਾਂ ਮਜਬੂਰੀ ਨਹੀਂ ਸਰਕਾਰ ਪਾਲਿਸੀ ਬਣਾਵੇ ਵੀ ਕਾਨੂੰਨੀਆਂ ਵੀ ਜੁਰਮਾਨਾ ਇੰਗਲੈਂਡ ਤਾਂ ਕਿਸੇ ਨੇ ਜੁਰਮਾਨੇ ਲੱਗਦਾ ਜਰਮਨ 'ਚ ਜੁਰਮਾਨੇ ਲੱਗਦਾ ਫਰਾਂਸ ਜੁਰਮਾਨਾ ਨਹੀਂ ਲੱਗਦਾ ਛੋਟੇ ਜੁਰਮਾਨਾ ਗੱਲ ਹੈ ਉਹ ਕਿਉਂ ਜੁਰਮਾਨਾ ਕਰਦੇ ਸਕੂਲ ਵਾਲੇ ਕਿਉਂਕਿ ਲੈਂਗੁਏਜ ਦੀ ਹੈਬਿਟ ਜੇ ਬੱਚਾ ਬੋਲੂਗਾ ਨਾ ਸਿੱਖ ਹੀ ਨਹੀਂ ਸਕਦਾ ਆ ਕਰਨ ਦਾ ਬਿਲਕੁਲ ਠੀਕ ਹੈ ਉਹ ਤੇ ਬੋਲਣੀ ਨਾ ਦਿਓ ਹਾਂ ਆਰਟੀਕਲ 348 ਹੈ ਕੰਸਟੀਟਿਊਸ਼ਨ ਦਾ ਜੀ ਉਹਦੇ 'ਚ ਸਪਸ਼ਟ ਲਿਖੀ ਹੈ ਗੱਲ ਵੀ ਕੋਈ ਵੀ ਸੂਬੇ ਦੀ ਵਿਧਾਨ ਸਭਾ ਜੀ ਰੈਜ਼ੋਲੂਸ਼ਨ ਪਾਸ ਕਰਦੇ ਤੇ ਰਾਸ਼ਟਰਪਤੀ ਨੂੰ ਭੇਜਦੇ ਵੀ ਸਾਡੇ ਸਟੇਟ 'ਚ ਆਹ ਲੈਂਗੁਏਜ ਹੋਊਗੀ ਸਾਡੇ ਹੁਣ ਸਮੱਸਿਆ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਹ ਹੈ ਕਿ ਨਾਲੇ ਤਾਂ ਪੰਜਾਬੀ ਹੈ ਦੋਵਾਂ ਦਾ ਸਾਂਝਾ ਹਰਿਆਣੇ ਦਾ ਵੀ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਸਾਰੀ ਡਿਟੇਲ ਲਿਖ ਕੇ ਡੈਪੂਟੇਸ਼ਨ ਜਾ ਕੇ ਦੇ ਕੇ ਆਇਆ ਸਾਰਾ ਲਿਖ ਕੇ ਵੀ ਤੁਸੀਂ ਰੈਜ਼ੋਲੂਸ਼ਨ ਪਾਸ ਕਰੋ ਮਹਾਰਾਜਾ ਸਾਹਿਬ ਕੈਪਟਨ ਜਿਹੜੇ ਹੈਗੇ ਉਹ ਆਏ ਇੱਥੇ ਆਪਣੇ 8 ਅਗਸਤ ਨੂੰ 8 ਅਗਸਤ 2019 ਨੂੰ ਮੈਂ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਮੈਂ ਕਿਹਾ ਜੀ ਪਾਸ ਕਰੋ ਕੋਈ ਕਰਦਾ ਹੀ ਨਹੀਂ ਰੈਜ਼ੋਲੂਸ਼ਨ ਜਦੋਂ ਕਿ 13 ਸਟੇਟਾਂ 'ਚ ਹੋ ਚੁੱਕੀ ਹੈ ਝਾਰਖੰਡ ਰਾਜਸਥਾਨ ਤਾਮਿਲਨਾਡੂ ਇਹ ਤੇ ਬਿਹਾਰ ਤੇ ਯੂਪੀ ਰਾਜਸਥਾਨ ਇਹ 13 ਸੂਬਿਆਂ 'ਚ ਹੋਊਗੀ ਇਹ ਕਰਦੇ ਹੀ ਨਹੀਂ ਲੈ ਕੀ ਕਰ ਲਓਗੇ ਤੁਸੀਂ ਮੈਨੂੰ ਇੰਨਾ ਚਿਰ ਹੋ ਗਿਆ ਲੱਗੇ ਨੂੰ ਪ੍ਰੈਸ ਕਾਨਫਰੰਸਾਂ ਵੀ ਕਰ ਲਈਆਂ ਡੈਪੂਟੇਸ਼ਨ ਜਾ ਕੇ ਲਿਖ ਕੇ ਵੀ ਦਿੱਤਾ ਸਾਰਾ ਕੁਛ ਨਹੀਂ ਕਰਦੇ ਹੁਣ ਪਤਾ ਇਹ ਕੀ ਹੈ ਵੀ ਹੁਣ ਇਹ ਸਾਰੇ ਅੰਗਰੇਜ਼ੀ ਸਕੂਲਾਂ ਦੇ ਪੜ੍ਹੇਵੇ ਮਹਾਰਾਜਾ ਹੋਈ ਕਿਉਂ ਕਰਦੇ ਇਹ ਸੁਣ ਮੇਰੀ ਗੱਲ ਨਹੀਂ ਅੱਛਾ ਜਦੋਂ ਪੰਜਾਬੀ ਨਾਲ ਇਹਨਾਂ ਦਾ ਸੰਪਰਕ ਹੀ ਕੋਈ ਨਹੀਂ ਇਥੋਸ ਦੀ ਸਾਂਝ ਨਹੀਂ ਹਿਤਾਂ ਦੀ ਸਾਂਝ ਨਹੀਂ ਤੇ ਫਿਰ ਕਿਉਂ ਲਾਗੂ ਕਰਨਗੇ ਇਹ ਮੈਂ ਇਹ ਕਿਉਂ ਗੁਲਾਮ ਬਣਾ ਕੇ ਰੱਖੋ ਕਈ ਵਾਰੀ ਮੈਂ ਦੇਖਦਾ ਸੀਗਾ ਕਈ ਮੁੰਡੇ ਪਿੰਡਾਂ ਦੇ ਰਹਿਣ ਵਾਲੇ ਆ ਜੀ ਅੰਗਰੇਜ਼ੀ ਸਕੂਲ 'ਚ ਨਹੀਂ ਪੜ੍ਹੇ ਉਹ ਆਪਣੇ ਆਪ ਨੂੰ ਵਿਅਕਤੀ ਨਹੀਂ ਕਰ ਸਕਦੇ ਸੀ ਅੰਗਰੇਜ਼ੀ ਜਿਵੇਂ ਉਹ ਪੰਜਾਬੀ 'ਚ ਕਰ ਸਕਦੇ ਆ ਕਈ ਸਿਆਣੇ ਜੱਜ ਉਹਨਾਂ ਨੂੰ ਕਹਿ ਦਿੰਦੇ ਸੀ ਵੀ ਹਾਂਜੀ
ਮੱਕੜ ਸਾਹਿਬ ਪੰਜਾਬੀ 'ਚ ਦੱਸ ਦਿਓ ਜੀ, ਆਈ ਸ਼ੈਲ ਡਿਕਟੇਟ ਇਨ ਇੰਗਲਿਸ਼, ਠੀਕ ਹੈ ਬਸ। ਅਤੇ ਹੁਣ ਜਿਵੇਂ ਪੜ੍ਹਾਈ ਬਾਰੇ ਹੈ, ਦੋ ਬੰਦੇ ਆ ਇੰਡੀਆ 'ਚ ਜਿਹੜੇ ਕਦੇ ਸਕੂਲ ਗਏ ਨਹੀਂ, ਬਿਲਕੁਲ, ਇੱਕ ਤਾਂ ਨੋਬਲ ਪ੍ਰਾਈਜ਼ ਵਿਨਰ ਹੈ, ਇੱਕ ਰਾਸ਼ਟਰਪਤੀ ਰਿਹਾ ਭਾਰਤ ਦਾ, ਡਾਕਟਰ ਰਾਧਾ ਕ੍ਰਿਸ਼ਨ ਕਿਸੇ ਸਕੂਲ 'ਚ ਨਹੀਂ ਪੜ੍ਹਿਆ, ਅਤੇ ਰਵਿੰਦਰ ਨਾਥ ਟੈਗੋਰ ਨਹੀਂ ਪੜ੍ਹਿਆ। ਔਰ ਡਾਕਟਰ ਰਾਧਾ ਕ੍ਰਿਸ਼ਨਨ ਉਹ ਬੰਦਾ ਹੈ ਕਿ ਜਦੋਂ ਰਸ਼ੀਆ 'ਚ ਆਪਣਾ ਕੋਈ ਵੀ ਅੰਬੈਸਡਰ ਜਾਂਦਾ ਸੀ, ਤਾਂ ਉਹ ਜਿਹੜਾ ਕੀ ਸੀ, ਮੈਂ ਨਾਂ ਭੁੱਲ ਗਿਆ ਕੀ ਸੀ ਉਦੋਂ ਉੱਥੇ ਪ੍ਰੈਜੀਡੈਂਟ, ਉਹਨਾਂ ਗਾਲਾਂ ਕੱਢਦਾ ਉਹਨੂੰ, ਠੀਕ ਹੈ, ਹਰੇਕ ਨੂੰ, ਸਾਰਿਆਂ ਨੂੰ, ਇਕੱਲੇ ਆਪਣੇ ਸਟੇਟ ਦੇ ਨੂੰ ਨਹੀਂ, ਦੇਸ਼ ਦੇ ਨੂੰ ਨਹੀਂ। ਅਤੇ ਫਿਰ ਉੱਥੇ ਸਪੈਸ਼ਲੀ ਨਹਿਰੂ ਨੇ ਡਾਕਟਰ ਰਾਧਾ ਕ੍ਰਿਸ਼ਨ ਨੂੰ ਭੇਜਿਆ, ਅੱਛਾ, ਵੀ ਤੁਸੀਂ ਅੰਬੈਸਡਰ ਹੋ ਰੂਸ ਦੇ। ਅਤੇ ਜਦੋਂ ਬਾਇਓਡਾਟਾ ਪਹੁੰਚ ਗਿਆ, ਬਾਇਓਡਾਟਾ ਜਾਣਾ ਹੀ ਆ ਪਹਿਲਾਂ, ਇਹਨਾਂ ਨੂੰ ਹਵਾਈ ਅੱਡੇ 'ਤੇ ਲੈਣ ਆਇਆ ਰਾਸ਼ਟਰਪਤੀ ਆਪਣੇ ਡਾਕਟਰ ਰਾਧਾ ਕ੍ਰਿਸ਼ਨ ਨੂੰ। ਅੱਛਾ, ਇਹ ਹੈ ਜੇ ਤੁਹਾਡੀ ਵਿਦਵਤਾ ਬਹੁਤ ਹੈ ਤਾਂ, ਪਰ ਉਹ ਹੁਣ ਇਹਨਾਂ ਨੇ ਤੁਹਾਨੂੰ ਦੋ ਗੱਲਾਂ ਦੱਸੀਆਂ ਨਹੀਂ, ਵੀ ਇਹ ਇਹਨਾਂ ਨਾਲ ਇੱਕ ਵਾਰੀ ਇਹਨਾਂ ਦੀ ਸ਼ਿਕਾਇਤ ਕਰਤੀ ਚੀਫ ਕਮਿਸ਼ਨਰ ਨੂੰ, ਜਿਹੜਾ ਸਾਰਿਆਂ ਤੋਂ ਵੱਡਾ ਇਹਨਾਂ ਦਾ ਐਕਸਾਈਜ਼ ਦਾ ਹੁੰਦਾ, ਵੀ ਜੇ ਚਾਦਰਾ ਬੰਨ ਕੇ ਆਉਂਦੇ ਬੰਦ ਕਰਾਓ। ਅੱਛਾ, ਉਹਨੇ ਜਦੋਂ ਮੀਟਿੰਗ ਹੋਈ ਬੁਲਾ ਲਿਆ, ਜਦੋਂ ਸਾਰੀ ਮੀਟਿੰਗ ਖਤਮ ਹੋਈ ਕਹਿੰਦਾ ਤੁਸੀਂ ਰਹਿ ਜਾਓ ਬਾਕੀ ਜਾਓ। ਇਹਨੂੰ ਉਹ ਕਹਿੰਦਾ ਵੀ ਗੱਲ ਸੁਣੋ, ਤੁਸੀਂ ਆ ਚਾਦਰਾ ਨਾ ਬੰਨਿਆ ਕਰੋ। ਇਹ ਕਹਿੰਦੇ ਕੀ ਗੱਲ, ਉਹ ਕਹਿੰਦਾ ਟਰੱਕ ਡਰਾਈਵਰਾਂ ਵਾਲੀ ਪੁਸ਼ਾਕ ਹੈ। ਇਹ ਕਹਿੰਦੇ ਯਾਰ ਗੱਲ, ਜੇ ਟਰੱਕ ਡਰਾਈਵਰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਫ਼ਰ ਕਰਕੇ ਆਪਣੀ ਭਾਸ਼ਾ 'ਤੇ ਪਹਿਰਾਵਾ ਨਹੀਂ ਬਦਲਦਾ, ਉਹ ਤਾਂ ਫਿਰ ਟਰੱਕ ਡਰਾਈਵਰ ਚੰਗਾ ਦੂਆ ਇਹਨਾਂ ਨਾਲੋਂ, ਸਾਡੇ ਵਾਲੇ ਗ੍ਰੈਜੂਏਟਾਂ ਨਾਲੋਂ ਚੰਗਾ। ਅੱਛਾ, ਇੱਕ ਮਿੰਟ ਚੁੱਪ ਕਰ ਹੁਣ, ਅਤੇ ਜਾਂ ਪਹਿਲਾਂ ਦੱਸ ਦੇਣਾ ਸੀ। ਅਤੇ ਉਹ ਕੀ ਹੋਇਆ, ਉਹ ਫਿਰ ਠੀਕ ਹੈ, ਉਹਨੂੰ ਗੱਲ ਤਾਂ ਆਈ ਨਾ ਕੋਈ, ਜਿਹੜਾ ਅਫਸਰ ਕਰਦੇ ਹੁੰਦੇ ਆ, ਕਹਿੰਦਾ ਜੇ ਮੈਂ ਤੁਹਾਨੂੰ ਸਸਪੈਂਡ ਕਰਦੇ ਹਾਂ, ਟਰਮੀਨੇਟ ਨਾ ਸਸਪੈਂਡ ਕਰਦੇ ਹਾਂ, ਇਹ ਕਹਿੰਦੇ ਜਨਾਬ ਤੁਸੀਂ ਮੈਨੂੰ ਟਰਮੀਨੇਟ ਵੀ ਕਰ ਸਕਦੇ ਹੋ, ਕਿਉਂ ਮੈਂ ਸਾਰਿਆਂ ਤੋਂ ਛੋਟਾ ਅਫਸਰ ਹੈ, ਤੁਸੀਂ ਸਾਰਿਆਂ ਤੋਂ ਵੱਡੇ ਹੋ, ਪਰ ਇੱਕ ਗੱਲ ਸੁਣ ਲਓ, ਫਿਰ ਤੁਹਾਨੂੰ ਮੁਆਵਜ਼ਾ ਤੁਹਾਨੂੰ ਦੇਣਾ ਪਊਗਾ। ਮੈਂ ਤੁਹਾਡਾ ਰਿਟਨ ਟੈਸਟ ਚਾਦਰਾ ਬੰਨ ਕੇ ਦਿੱਤਾ ਹੈ, ਤੁਹਾਡੀ ਇੰਟਰਵਿਊ ਚਾਦਰਾ ਬੰਨ ਕੇ ਦਿੱਤੀ ਹੈ, ਤੁਹਾਡਾ ਜਿਹੜੀ ਹੈ ਆਪਣੀ ਟ੍ਰੇਨਿੰਗ ਚਾਦਰਾ ਬੰਨ ਕੇ ਲਈ ਹੈ, ਅਤੇ ਇੰਨਾ ਚਿਰ ਉੱਥੇ ਜਾਂ ਮੈਨੂੰ ਡਰੈਸ ਦੱਸੋ, ਕੋਈ ਡਰੈਸ ਵਾਲੀ ਕੋਈ ਹੈ ਹੀ ਨਹੀਂ ਦੱਸੇਗੀ। ਉਹ ਕਹਿੰਦਾ ਚੰਗਾ, ਥੈਂਕ ਯੂ, ਬੰਨਿਆ ਕਰਾਂ ਜੀ, ਮਤਲਬ ਡਰ ਨਹੀਂ ਲੱਗਿਆ। ਹੁਣ ਤੁਸੀਂ ਇੱਕ ਹੋਰ ਸਵਾਲ ਪੁੱਛਿਆ ਸੀਗਾ ਇਹਨਾਂ ਤੋਂ, ਮੇਰੇ ਨਾਲ ਪੈਂਦਾ ਉਹ ਵਾ ਅੰਗਰੇਜ਼ੀ ਵਾਲਿਆਂ ਦਾ, ਮੈਂ ਜਾਣਦਾ ਹੁੰਦਾ ਕਈ ਵਾਰੀ ਅੰਗਰੇਜ਼ ਉਹ ਦੇਸ਼ ਦੇ ਵਿੱਚ ਆਦਰਿਆ ਜਿਹੜਾ ਆ ਗਿਆ ਜੱਟ ਜਾ, ਤਾਂ ਇੱਕ ਵਾਰੀ ਤਾਂ ਮੈਂ ਕਾਰ 'ਤੇ ਜਾ ਰਿਹਾ ਸੀ, ਰੋਕਿਆ ਪੁਲਿਸ ਵਾਲਿਆਂ ਨੇ, ਮੈਂ ਥੱਲੇ ਉਤਰਿਆ, ਜਦੋਂ ਚਾਦਰ ਵਾਲਾ ਉਤਰੇ ਸਮਝਦੇ ਵੱਡਾ ਮੁਰਗਾ ਫਸ ਗਿਆ, ਤਾਂ ਮੈਨੂੰ ਕਹਿੰਦੇ ਜੀ ਸਰਦਾਰ ਜੀ ਤੁਸੀਂ ਬੈਲਟ ਨਹੀਂ ਬੰਨੀ, ਮੈਂ ਕਿਹਾ ਯਾਰ ਮੈਨੂੰ ਮੁਖੌਲਤਾ ਨਾ ਕਰੋ ਕਿ ਤੁਸੀਂ ਪੁਲਿਸ ਵਾਲੇ ਹੋ, ਕਹਿੰਦੇ ਕਿਉਂ, ਮੈਂ ਕਿਹਾ ਬੈਲਟ ਤਾਂ ਕਦੇ ਚਾਦਰੇ ਨਾਲ ਵੀ ਬੈਲਟ ਹੋਈ ਹੈ, ਪੈਂਟ ਨਾਲ ਹੁੰਦੀ ਹੈ, ਅਤੇ ਹੋਰ ਕਿਹੜੀ ਬੈਲਟ ਹੁੰਦੀ ਹੈ, ਮੈਂ ਕਿਹਾ, ਕਹਿੰਦੇ ਇੱਕ ਜੀ ਕਾਰ 'ਚ ਵੀ ਹੁੰਦੀ ਹੈ, ਮੈਂ ਕਿਹਾ ਮੈਂ ਤਾਂ ਹੁਣੇ ਚਲਾਉਣ ਸਿੱਖਿਆ, ਮਹੀਨਾ ਹੋਇਆ, ਮੈਨੂੰ ਨਹੀਂ ਕਾਰ ਕੂਲਰ ਦੱਸ ਦਿਓ ਕਿੱਥੇ ਆ ਬੰਨ ਲੈਣਾ, ਕਹਿੰਦੇ ਜਾਓ ਜੀ। ਅੱਛਾ, ਹੁਣ ਪਰਸੋਂ ਦੀ ਗੱਲ ਹੈ, ਮੈਨੂੰ ਸਰਦਾਰ ਰਾਮ ਸਿੰਘ ਬਰਾੜ ਹੈ ਬਿਊਰੋ ਚੀਫ ਅਜੀਤ ਸਮਾਚਾਰ ਦੇ, ਉਹਨਾਂ ਨੇ ਬੁਲਾ ਲਿਆ, ਤੋ ਮੈਂ ਬੈਠਾ ਸੀ, ਉਹ ਤਾਂ 9:30 ਵੱਜ ਗਏ, ਉਹਦੇ ਕੋਈ ਸਲਾਹ ਕਰਨੀ ਆ ਜਾਓ। ਅੱਛਾ, ਮੈਂ ਚਲਾ ਗਿਆ, ਜਦੋਂ ਮੈਨੂੰ ਮਹਾਲੀ ਪਹੁੰਚਿਆ, ਮੈਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ, ਪੁਲਿਸ ਵਾਲਿਆਂ ਨੇ ਰੋਕਿਆ, ਜੋ ਚਾਦਰੇ ਵਾਲਾ ਉਤਰਦਾ, ਫਿਰ ਉਹਨਾਂ ਹੋਈ ਜਾਂਦਾ ਉਹਨਾਂ ਨੂੰ ਇਹ ਬਿਮਾਰੀ ਵੀ ਬਣ ਗਈ, ਵੀ ਗੱਲ ਹੁਣ ਦੇ ਜੂ ਪੈਸੇ 500 ਪਿੰਡ ਪੁੰਡ ਤੋਂ ਆਇਆ ਹੋਣਾ, ਵੀ ਐਵੇਂ ਪਿੰਡ ਤੋਂ ਆਇਆ ਇਹ, ਤਾਂ ਮੈਨੂੰ ਕਹਿੰਦਾ ਉਹ ਐਸਾ ਜੀ, ਕਹਿੰਦਾ ਜੀ ਆ ਜਿਹੜਾ ਪਿੱਛੇ ਤੁਹਾਡੇ ਕਾਰ ਆਈ ਸੀ ਨਾ, ਇਹ ਕਹਿ ਕੇ ਗਏ ਹੈ ਵੀ ਤੁਸੀਂ ਕਿਸੇ ਰੈੱਡ ਬੱਤੀ ਅਤੇ ਲਾਲ ਬੱਤੀ 'ਤੇ ਰੋਕੀ ਨਹੀਂ ਕਾਰ, ਅੱਛਾ, ਇੰਨੇ ਰੈਸ਼ ਆਏ ਹੋ। ਹੋਰ ਮੈਂ ਕਿਹਾ ਹੋਰ ਕੀ ਕਿਹਾ, ਕਿ ਹੋਰ ਕੁਛ ਨਹੀਂ, ਮੈਂ ਕਿਹਾ ਮੈਂ ਕਹਿ ਦਿੰਦਾ 15 ਬੰਦੇ ਮਾਰਿਆ ਆ, ਫਿਰ ਇਹ ਕੋਈ ਗੱਲ ਬਣੀ, ਚੱਜ ਦੀ ਗੱਲ ਕਰ ਯਾਰ, ਮੇਰਾ ਦਿਮਾਗ ਹੱਲਿਆ ਵੀ ਮੈਂ ਰੈੱਡ ਲਾਈਟ ਜੰਪ ਕਰੂੰਗਾ, ਮੇਰੀ ਤਾਂ ਛੋਟੀ ਜਿਹੀ ਕਾਰ ਆ ਮਰੂਤੀ, ਜੇ ਕੋਈ ਵਿੱਚ ਮਾਰ ਗਿਆ ਮੇਰੇ 'ਚ ਰਹਿਣੇ ਕੁਛ ਨਹੀਂ, ਸਹੀ ਹੈ, ਮੈਂ ਤਾਂ ਡਰਦਾ ਡਰਦਾ ਪਹੁੰਚਿਆ ਇੱਥੇ, ਅਤੇ ਫਿਰ ਮੈਂ ਕਿਹਾ ਉਹ ਫਿਰ ਨਹੀਂ ਜੀ ਤੁਸੀਂ ਕਾਗਜ਼ ਦਿਖਾਓ, ਮੈਂ ਕਿਹਾ ਮਿਸਟਰ ਯੂ ਨੋ ਟੂ ਹੂਮ ਯੂ ਆਰ ਟਾਕਿੰਗ, ਆਈ ਐਮ ਫਾਰਮਰ ਡਿਪਟੀ ਐਡਵੋਕੇਟ ਜਨਰਲ ਸੀਨੀਅਰ ਐਡਵੋਕੇਟ, ਘਬਰਾ ਗਿਆ ਹੋਣਾ, ਇੰਗਲਿਸ਼ ਸੌਰੀ ਜਾਓ ਜੀ, ਉਹਨੇ ਐ ਦੇਖਿਆ ਹੋਣਾ ਵੀ ਇੰਗਲਿਸ਼ ਕਿੱਥੋਂ ਬੋਲਣ ਲੱਗੇ ਚੱਲ ਰਿਹਾ ਵਾਲਾ ਬੰਦਾ, ਬਸ ਆ ਹੈ, ਅੱਛਾ, ਗੁਲਾਮ ਹੈ ਨਾ ਮੁਲਕ ਹਜੇ ਤੀਕ, ਜਦੋਂ ਅੰਗਰੇਜ਼ੀ ਬੋਲੋਗੇ ਉਦੋਂ ਤੁਹਾਨੂੰ ਬੜਾ ਬਦਵਾਨ ਸਮਝਦੇ ਆ, ਜੇ ਹਿੰਦੀ ਪੰਜਾਬੀ 'ਚ ਗੱਲ ਕਰੋਗੇ। ਮੈਂ ਨਾ 89 'ਚ ਇੰਗਲੈਂਡ ਗਿਆ, ਬਹੁਤ ਤੁਹਾਨੂੰ ਵਧੀਆ ਗੱਲ ਸੁਣਾਉਣੀ, ਮੈਂ ਜਾਂਦਾ ਇਹ ਮੈਨੂੰ ਚੜਾ ਗਿਆ, ਅੱਛਾ, ਮੈਂ ਖੋਸੇ ਜੋੜੇ ਲੈ ਗਿਆ, ਚਾਦਰਾ ਆਪਦਾ ਸਾਰਾ ਕੁਛ ਲੈ ਗਿਆ, ਅਤੇ ਮੈਂ ਜਦੋਂ ਪੈਂਟ ਪਾ ਕੇ ਜਾਇਆ ਕਰਾਂ, ਕੋਟ ਪੈਂਟ ਟਾਈ ਲਾ ਕੇ, ਮੈਂ ਹਫ਼ਤਾ ਜਾਂਦਾ ਰਿਹਾ, ਉਹਨੂੰ ਮੈਂ ਆਖਾਂ ਜਿਹਦੇ ਕੋਲ ਠਹਿਰਿਆ ਸੀ, ਉਹ ਕਹਿੰਦਾ ਨਹੀਂ ਯਾਰ ਚਾਦਰਾ ਬੰਨ ਕੇ ਨਾ ਜਾਈਂ, ਅੱਛਾ, ਉਹਨੂੰ ਮੈਂ ਦੱਸਿਆ ਹੀ ਨਹੀਂ, ਚਾਦਰਾ ਬੰਨ ਕੇ ਉੱਠ ਗਿਆ, ਮੈਨੂੰ ਮੱਕੜ ਸਾਹਿਬ ਕਿਸੇ ਨੇ ਬੁਲਾਇਆ ਹੀ ਨਹੀਂ ਕਦੇ 7 ਦਿਨ ਅੰਗਰੇਜ਼ ਨੇ, ਜਿੱਦੇ ਮੈਂ ਚਾਦਰਾ ਨਹੀਂ ਉੱਠ ਗਿਆ, ਮੈਨੂੰ ਤੁਰ ਨਹੀਂ ਦਿੱਤਾ, ਤੁਸੀਂ ਕਿੱਥੋਂ ਆਏ ਹੋ ਜੀ, ਇਹ ਪੁਸ਼ਾਕ ਕਿਹਦੀ ਹੈ, ਮੈਂ ਕਿਹਾ ਉਹ ਬੇਵਕੂਫ ਹੋ, ਤੁਸੀਂ ਬੰਨ ਕੇ ਨਹੀਂ ਜਾਂਦੇ, ਸਹੀ ਹੈ, ਮੈਂ ਕਿਹਾ ਨਜ਼ਾਰੇ ਆ ਗਿਆ, ਫਿਰ ਮੈਂ ਰੋਜ਼ ਹੀ ਬੰਨ ਕੇ ਜਾਂਦਾ। ਉਹਨਾਂ ਨੂੰ ਹੋਊਗੀ ਤੰਗ ਹੋਊਗੀ, ਤੁਹਾਡਾ ਕਲਚਰ ਬਾਰੇ ਜਾਣੀਏ ਜਾਂ। ਅੱਛਾ, ਹੋਰ ਮੈਂ ਤੁਹਾਨੂੰ ਇੱਕ ਵਧੀਆ ਇੰਟਰਸਟਿੰਗ ਗੱਲ ਸੁਣਾਉਣਾ, ਮੈਂ ਗਿਆ ਤੇ ਅੱਛਾ ਤੇ
पांच एक बंदे अगे एक बंदा सही बंदा उन्हें पंजाबी ना बोलनी आई। अच्छा। उन्हें कोई कागज मंगया जी इमीग्रेशन ऑफिसर सी रूस की, मैं तो ना भुल गया बेचारी का, बड़ी यंग कुड़ी सी वो आपके घर वाली आता कहना मेरा झोला देना। अच्छा। वो कुड़ी अगों पता की कहती नॉट झोला बट झोला झोला इज लाइक दिस। मैं क्या कमाल हो गया था। ते मैं दूर खड़े नहीं, मैं शर्म आई तो तेरी मदर टंग का प्रोनाउंसिएशन ही नहीं आता, तेन मात भाषा तो सही करी जाती है विदेशन कुड़ी। उदो बाद जो मेरी बारी आई जी मकड़ साहब, मैं उन्होंने क्या, मैं क्या हूँ ये कल अंग्रेजी बोलने का फायदा ही नहीं। मैं क्या बीबा थोड़ी की जरूरत है पंजाबी, कहती बाई जी मैं एम ए पंजाबी हाँ। मैं क्या कितों करी है, कहती पंजाब यूनिवर्सिटी तो हाँ। मैं क्या फिर तुम्हें मतलब विदेश विभाग चो, कहती हाँ। तो कहती मैं दुभाषण है इंटरप्रेटर है। बिल्कुल। तो अज कोई नहीं आया मेरी इतनी ड्यूटी ला दी, उन्हें ठीक करते बंदे हाँ। उसे जाके अपना छड़िया नहीं, नहीं कुड़ी कुड़ी की प्रोनाउंसिएशन सही विदेश बापू बलकौर सिंह जी, एडवोकेट सरदार सुखराज सिंह बराड़ जी ने दस्सिया कि जिहड़ा सानू अपना है, जिहड़ा साडा अपना कल्चर है, अपनी बोली है, ये जदों असीं छड्डांगे तां असीं लंगड़े हो जावांगे। तो उम्मीद है तुहानूं ये गलबात पसंद जरूर आई होएगी। वधेरे खबरां लई साडे नाल जुड़े रहो। धन्नवाद।